ਹੈ ਨਵੇਖ ਲੀਆਂ ਤਰਜ਼ਾਂ ਔਰ ਤਰਬਾਂ ਨਾਲ ਲਬਰੇਜ਼ ਤੁਹਾਡਾ ਆਪਣਾ ਪ੍ਰੋਗਰਾਮ ਸਤਰੰਗੀ ਰੇਨਬੋ ਅੱਜ ਦੇ ਸਤਰੰਗੀ ਰੇਨਬੋ ਪ੍ਰੋਗਰਾਮ ਦੇ ਵਿੱਚ ਤੁਹਾਡਾ ਅਸੀਂ ਨਿਗਾ ਸਵਾਗਤ ਕਰਦੇ ਹਾਂ ਤੇ ਅੱਜ ਦੇ ਚੀਫ ਗੈਸਟ ਹੈਗੇ ਆ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼੍ਰੀ ਜਸਵੰਤ ਜੀ ਇੱਕ ਉੱਗੇ ਪੇਂਟਰ ਵੀ ਆ ਇਹ ਲਿਖਾਰੀ ਵੀ ਆ ਹੁਣ ਇਹਨਾਂ ਨੇ ਇੱਕ ਕਿਤਾਬ ਲਿਖੀ ਆ ਰੀਸੈਂਟਲੀ ਜਿਹਦਾ ਨਾਮ ਹੈਗਾ ਬੁਲਬਲੇ ਦੀ ਆਤਮਕਥਾ ਔਰ ਉਸ ਕਿਤਾਬ ਦੇ ਵਿੱਚ ਇਹਨਾਂ ਨੇ ਬਹੁਤ ਚੰਗੇ ਢੰਗ ਦੇ ਨਾਲ ਨਿਪੁੰਨ ਤਰੀਕੇ ਦੇ ਨਾਲ ਜ਼ਿਕਰ ਕੀਤਾ ਆਪਣੀ ਸਾਰੀ ਜ਼ਿੰਦਗੀ ਦਾ ਜਿਹੜਾ ਸਫ਼ਰ ਆ ਹੁਣ ਤੱਕ ਦਾ ਔਰ ਉਸ ਸਫ਼ਰ ਦੇ ਵਿੱਚ ਅਸੀਂ ਚਾਤੀ ਮਾਰਾਂਗੇ ਔਰ ਇਹਨਾਂ ਕੋਲੋਂ ਪੁੱਛਾਂਗੇ ਕਿ ਉਹ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਉਹ ਜਿਹੜੀਆਂ ਅਬਸੈਂਟ ਡਾਊਨਸ ਕਿਸ ਤਰ੍ਹਾਂ ਦੀਆਂ ਸੀ ਔਰ ਕਿਸ ਤਰ੍ਹਾਂ ਉਹਨਾਂ ਨੇ ਪੇਂਟਿੰਗ ਦੇ ਵਿੱਚ ਔਰ ਰਾਈਟਿੰਗ ਦੇ ਵਿੱਚ ਉਸ ਨੂੰ ਪ੍ਰੈਜ਼ੈਂਟ ਕੀਤਾ ਸੋ ਤੁਹਾਡਾ ਬਹੁਤ-ਬਹੁਤ ਸਵਾਗਤ ਆ ਜੀ ਜਸਵੰਤ ਜੀ ਅੱਜ ਸਾਡੇ ਇਸ ਰੰਗੀ ਰੇਨਬੋ ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਪੰਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਤ ਰੰਗੀ ਰੇਨਬੋ ਦੇ ਵਿੱਚ ਮੈਨੂੰ ਮੌਕਾ ਦਿੱਤਾ ਹੈ ਆਪਣੇ ਦੇਖਣ ਵਾਲਿਆਂ ਦੇ ਸੁਣਨ ਵਾਲਿਆਂ ਦੇ ਰੂਬਰੂ ਹੋਣ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਕਿ ਤੁਹਾਡੀ ਕਿਤਾਬ ਦੇ ਵਿੱਚ ਇਹਨਾਂ ਦੀ ਜ਼ਿਕਰ ਆ ਜਿਹੜਾ ਕਿ ਕਈ ਵਾਰੀ ਜ਼ਿਕਰ ਆਂਦਾ ਹੈ ਉਹ ਹੈ ਕਿ ਤੁਹਾਡਾ ਸਪਿਰਚੁਅਲਿਜ਼ਮ ਦਾ ਤੁਹਾਡੀਆਂ ਪੇਂਟਿੰਗਸ ਦੇ ਨਾਲ ਇੱਕ ਚੋਲੀ ਦਮਨ ਦਰਸਤ ਹੈ ਉਹਦੇ ਬਾਰੇ ਤੁਸੀਂ ਕੀ ਕਿਸ ਤਰ੍ਹਾਂ ਕਹਾਂਗੇ ਉਹ ਬੜਾ ਆਸਾਨ ਹੈ ਜੀ ਬੜਾ ਸੌਖਾ ਹੈ ਹਾਂਜੀ ਹੈਨਾ ਕਹਿੰਦੇ ਕਿ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਮੇਰੀ ਸ੍ਰਿਸ਼ਟੀ ਇਹੀ ਹੈ ਕਿਉਂਕਿ ਆਰਟਿਸਟ ਦਾ ਜਿਹੜਾ ਕੰਮ ਹੁੰਦਾ ਹੈ ਨਾ ਉਹ ਅਗਰ ਉਸ ਦਾ ਵਿਅਕਤੀਤਵ ਉਹਦੇ ਵਿੱਚੋਂ ਨਹੀਂ ਚਲਕਦਾ ਉਸ ਦੀ ਆਪਣੀ ਨਿੱਜੀ ਜ਼ਿੰਦਗੀ ਉਸ ਦੀ ਕਲਾ ਕਿਰਤ ਵਿੱਚੋਂ ਉਸ ਦੀਆਂ ਰਾਈਟਿੰਗ ਦੇ ਵਿੱਚੋਂ ਉਸ ਦੀ ਪੇਂਟਿੰਗ ਦੇ ਵਿੱਚੋਂ ਉਸ ਦੇ 뮤직 ਵਿੱਚੋਂ ਨਹੀਂ ਚਲਕਦੀ ਤਾਂ ਉਹ ਟਰੂ ਕਮ ਨਹੀਂ ਹੁੰਦਾ ਮੈਨੂੰ ਲੱਗਦਾ ਕਿ ਵੀ ਜਿਹੜਾ ਆਟੋਮੈਟਿਕਲੀ ਅੰਦਰੋਂ ਕੁਝ ਨਿਕਲ ਰਿਹਾ ਹੁੰਦਾ ਨਾ ਜਿਹੜਾ ਬਿਲਟ ਇਨ ਸਾਡਾ ਸਿਸਟਮ ਆ ਜਿਹੜਾ ਸਾਡਾ ਚੱਲ ਰਿਹਾ ਹੁੰਦਾ ਜੇ ਅਸੀਂ ਉਹਦੇ ਨਾਲ ਜੁੜੇ ਹੋਏ ਆਂ ਜੇ ਅਸੀਂ ਆਪਣੇ ਕੋਰ ਨਾਲ ਜੁੜੇ ਹੋਏ ਆਂ ਤਾਂ ਜੋ ਅੰਦਰ ਚੱਲ ਰਿਹਾ ਹੁੰਦਾ ਜਿਹੜੀ ਸਾਡੀ ਆਪਣੀ ਨਿੱਜੀ ਲਾਈਫ ਹੁੰਦੀ ਹੈ ਉਹ ਸੁਭਾਵਿਕ ਹੈ ਕੈਨਵਸ ਦੇ ਉੱਤੇ ਜਾਂ ਇਨਸਟਰੂਮੈਂਟ ਵਜਾਉਂਦਿਆਂ ਹੋਇਆਂ ਜਾਂ ਰਾਈਟਿੰਗ ਦੇ ਵਿੱਚ ਉਹ ਸਾਰਾ ਕੁਝ ਬਾਹਰ ਨਿਕਲਣਾ ਬੜਾ ਸੁਭਾਵਿਕ ਹੁੰਦਾ ਤੇ ਮੈਨੂੰ ਲੱਗਦਾ ਕਿ ਜੋ ਇਹ ਹੋ ਰਿਹਾ ਹੈ ਇਹ ਬੜਾ ਨੇਚਰਲ ਜਿਹਾ ਮੇਰੇ ਲਈ ਔਰ ਮੈਸ ਨੂੰ ਅਖੜੇ ਮਿੱਥੇ ਪ੍ਰਵਾਨ ਕਰ ਦੋ ਜੀ ਮਤਲਬ ਮੈਂ ਇਹ ਕਹਿੰਦਾ ਸੀ ਕਿ ਜਿਸ ਤਰ੍ਹਾਂ ਕੋਈ ਲਿਟਰੇਚਰ ਹੋਵੇ ਕੋਈ ਆਰਟ ਹੋਵੇ ਤਾਂ ਉਹਦੇ ਵਿੱਚ ਜਿਸ ਤਰ੍ਹਾਂ ਪੇਂਟਿੰਗ ਤੁਸੀਂ ਕਰਦੇ ਆ ਉਹਨਾਂ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡੇ ਵਿਅਕਤੀਤਵ ਦਾ ਦੇ ਰਿਫਲੈਕਸ਼ਨ ਹੋਣਾ ਲਾਜ਼ਮੀ ਹੈ ਜੀ ਪਰ ਤੁਹਾਡੀਆਂ ਜਿਹੜੀਆਂ ਪੇਂਟਿੰਗਸ ਆ ਉਹ ਮੁਕਤੋ ਹਤੇ ਜੇ ਮੈਂ ਕਹਾਂ ਮੇਰਾ ਖਿਆਲਤ ਕਦਰ ਨਹੀਂ ਹੋਏਗੀ ਕਿ ਉਹਨਾਂ ਦਾ ਸਪਿਰਚੁਅਲਿਜ਼ਮ ਦੇ ਨਾਲ ਬਹੁਤ ਡੇਰਾ ਸਬੰਧ ਹੈ ਇਹਦਾ ਕੀ ਕਰ ਦੇਖੋ ਜੀ ਅਸੀਂ ਕਹਿ ਲੈਂਦੇ ਆ ਕਿ ਇਹ ਧਾਰਮਿਕ ਨੇ ਕੁਝ ਲੋਕ ਇਹਨੂੰ ਧਾਰਮਿਕ ਕਹਿੰਦੇ ਨੇ ਤੁਸੀਂ ਇਹਨੂੰ ਸਪਿਰਚੁਅਲਿਜ਼ਮ ਨਾਲ ਜੋੜ ਕੇ ਗੱਲ ਕਰਦੇ ਆ ਬਹੁਤ ਵਧੀਆ ਗੱਲ ਹੈ ਹਾਂਜੀ ਲੇਕਿਨ ਮੈਂ ਸੋਚਦਾ ਕਿ ਵਿਚੜੀ ਮੇਰੀ ਇਨਰ ਸੈਲਫ ਹੈ ਜੋ ਮੇਰੇ ਅੰਦਰ ਚੱਲ ਰਹੀ ਹੈ ਹਾਂਜੀ ਉਹੀ ਬਾਹਰ ਹੈ ਔਰ ਮੇਰੇ ਵਾਸਤੇ ਪੂਰੀ ਦੁਨੀਆ ਜਿਹੜੀ ਹੈ ਨਾ ਸਪਿਰਚੁਅਲ ਹੈ ਠੀਕ ਹੈ ਆਪਾਂ ਜਦੋਂ ਅਸੀਂ ਕਿਸੇ ਵੀ ਰਿਲੀਜੀਅਨ ਜਾਂ ਧਰਮ ਤੋਂ ਉੱਠ ਕੇ ਥੋੜਾ ਜਿਹਾ ਅੱਗੇ ਦੀ ਗੱਲ ਕਰਦੇ ਆ ਅੱਜਕੱਲ ਮੈਨੂੰ ਲੱਗਦਾ ਉਸ ਨੂੰ ਅੱਜਕੱਲ ਲੋਕੀ ਸਪਿਰਚੁਅਲਿਜ਼ਮ ਕਹਿੰਦੇ ਨੇ ਜਦੋਂ ਅਸੀਂ ਸਪਿਰਿਟ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਆਤਮਾ ਦੀ ਗੱਲ ਕਰਦੇ ਹਾਂ ਹਾਂਜੀ ਹਾਂਜੀ ਹੈਨਾ ਜਦੋਂ ਅਸੀਂ ਜੀਵਾਤਮਾ ਦੀ ਪਰਮਾਤਮਾ ਨਾਲ ਜਿਹੜਾ ਮੇਲ ਹੈ ਸੁਮੇਲ ਹੈ ਉਹਦਾ ਤਾਲਮੇਲ ਹੈ ਜਾਂ ਲਿੰਕ ਜਦੋਂ ਅਸੀਂ ਉਹਦੀ ਗੱਲ ਕਰਦੇ ਹਾਂ ਉਸ ਨੂੰ ਅਸੀਂ ਸਪਿਰਚੁਅਲ ਕਹਿੰਦੇ ਹੁਣੇ ਜੇ ਇੱਕ ਐਗਜ਼ੀਬਿਸ਼ਨ ਲੱਗੀ ਸੀ ਤੁਸੀਂ ਵੀ ਉਸ ਦਿਨ ਉੱਥੇ ਸੀਗੇ ਵਰਿਆਮ ਮਸਤ ਹੋ ਰਹੀ ਉੱਥੇ ਸੀਗੇ ਹਾਂਜੀ ਤੇ ਮੈਂ ਵੀ ਹੈਰਾਨ ਸੀ ਕਿ ਮੇਰੀਆਂ ਤਸਵੀਰਾਂ ਦੇ ਸਾਹਮਣੇ ਬੈਠ ਕੇ ਕੁਝ ਲੋਕ ਜਿਹੜੇ ਹੈਗੇ ਉਹ ਬੜੀਆਂ ਬੜੇ ਭਾਵੁਕ ਹੋ ਰਹੇ ਹੁੰਦੇ ਆ ਹਾਂਜੀ ਪਰ ਮੈਂ ਕਈ ਵਾਰੀ ਦੇਖਿਆ ਲਖਨੇਸ਼ਵਰੀ ਮੈਂ ਜ਼ਿਆਦਾ ਅਟੈਨਸ਼ਨ ਦਿੱਤੀ ਉਸ ਗੱਲ ਨੂੰ ਤੇ ਉਹ ਉਹਨਾਂ ਨੂੰ ਅੰਦਰੋਂ ਕੁਝ ਜਿਹੜਾ ਹੈਗਾ ਉਹ ਕਨੈਕਸ਼ਨ ਬਣ ਰਿਹਾ ਹੋਵੇਗਾ ਤਸਵੀਰ ਦਾ ਹੈਨਾ ਤੇ ਮੈਂ ਸੋਚਦਾ ਕਿ ਜੋ ਮੈਂ ਕਰ ਰਿਹਾ ਹਾਂ ਜੋ ਮੇਰੀ ਨਿੱਜੀ ਜ਼ਿੰਦਗੀ ਹੈ ਜੋ ਮੇਰੇ ਐਕਸਪੀਰੀਐਂਸਸ ਹੋ ਰਹੇ ਨੇ ਹੈਨਾ ਉਹ ਐਕਸਪੀਰੀਐਂਸ ਹੌਲੀ-ਹੌਲੀ ਮੇਰੇ ਕੈਨਵਸ ਤੇ ਬਾਹਰ ਜੜਿਆ ਨਿਕਲਣੇ ਸ਼ੁਰੂ ਹੋ ਰਹੇ ਨੇ ਠੀਕ ਹੈ ਜੀ ਐਸ ਟੋਟਲ ਨੇ ਕਿਹਾ ਕਿ ਜਸਵੰਤ ਜੀ ਕੇ 올 ਆਰਟ ਇਜ਼ ਐਨ ਇਮਿਟੇਸ਼ਨ ਆਫ ਲਾਈਫ ਜੀ ਬਿਲਕੁਲ ਜੀ ਹਾਂ ਯਸਰ ਤੁਸੀਂ ਕਹਿੰਦੇ ਆ ਕਿ ਤੁਸੀਂ ਜਦੋਂ ਪੇਂਟਿੰਗ ਕਰਦੇ ਆ ਤੁਹਾਡਾ ਜਿਹੜਾ ਇੱਕ ਅੰਤਰੀਵ ਭਾਵ ਹੈਗਾ ਉਹ ਉਹਦੇ ਵਿੱਚ ਉਹਦਾ ਪ੍ਰਦਰਸ਼ਨ ਹੁੰਦਾ ਜੀ ਤੇ ਕੀ ਜਿਹੜਾ ਤੁਸੀਂ ਸੋਚਦੇ ਆ ਉਹੀ ਪ੍ਰਦਰਸ਼ਿਤ ਹੁੰਦਾ ਹੈ ਕਿ ਨਹੀਂ ਹੁੰਦਾ ਜੋ ਤੁਸੀਂ ਪੇਂਟਿੰਗਸ ਕਰਨ ਤੋਂ ਬਾਅਦ ਦੇਖਦੇ ਆ ਪੇਂਟਿੰਗ 어 بڑا ਸੋਹਣਾ ਕੁਐਸਚਨ ਆ ਜੀ ਤੁਹਾਡਾ ਔਰ ਮੈਨੂੰ ਮੇਰੇ ਦਿਲ ਨੂੰ ਟੁੰਬਦਾ ਹੈ ਕੁਐਸਚਨ ਬੜੀ ਵਰੀ ਇੱਕ ਕੁਐਸਚਨ ਪੁੱਛਿਆ ਜਾਂਦਾ ਕਿ ਕੀ ਤੁਸੀਂ ਜੋ ਸੋਚ ਰਹੇ ਹੋ ਜਾਂ ਤੁਹਾਡੇ ਅੰਦਰ ਚੱਲ ਰਿਹਾ ਜੋ ਹਾਂਜੀ ਕੀ ਉਹ ਬਾਹਰ ਪੇਂਟਿੰਗ ਦੇ ਵਿੱਚੋਂ ਝਲਕਦਾ ਹੈ ਹਾਂਜੀ 2-4% ਅੱਛਾ ਮੈਂ ਕਹਿ ਸਕਦਾ ਕਿ ਬੜਾ ਮੁਸ਼ਕਲ ਹੁੰਦਾ ਜਿਹੜਾ ਅੰਦਰ ਕੁਝ ਤੁਹਾਡੇ ਚੱਲ ਰਿਹਾ ਹੁੰਦਾ ਨਾ ਹਾਂਜੀ ਉਸ ਨੂੰ ਕੈਨਵਸ ਦੇ ਉੱਤੇ ਲੈ ਕੇ ਆਉਣਾ ਕਿਉਂਕਿ ਕੈਨਵਸ ਦੇ ਉੱਤੇ ਜਦੋਂ ਆਰਟਿਸਟ ਕੰਮ ਕਰਦਾ ਰੰਗਾਂ ਦੇ ਨਾਲ ਜਦੋਂ ਖੇਡਦਾ ਬਹੁਤ ਜ਼ਿਆਦਾ ਲਿਮਿਟੇਸ਼ਨਸ ਹੁੰਦੀਆਂ ਨੇ ਹਾਂਜੀ ਔਰ ਮੈਂ ਗੱਲ ਕਰ ਰਿਹਾ ਨਿਰਗੁਣ ਦੀ ਨਿਰਗਣ ਨੂੰ ਸਰਗੁਣ ਕਰਨਾ ਹਾਂਜੀ ਔਰ ਸਰਗੁਣ ਚ ਦਿਖਾ ਕੇ ਉਸ ਨੂੰ ਹੈਨਾ ਸਬਜੈਕਟ ਨੂੰ ਆਬਜੈਕਟ ਬਣਾ ਕੇ ਆਬਜੈਕਟ ਦੇ ਥਰੂ ਸਬਜੈਕਟ ਦੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰਨਾ ਹਾਂਜੀ ਔਰ ਮੈਂ ਇਹ ਕੋਸ਼ਿਸ਼ ਕਰਦਾ ਪਤਾ ਨਹੀਂ ਮੈਂ ਕਿੰਨਾ ਕਾਮਯਾਬ ਹਾਂ ਪਰ ਮੈਂ ਇਹਨਾਂ ਕਹਿ ਸਕਦਾ ਕਿ ਵੀ 2-4% ਜੋ ਮੇਰੇ ਅੰਦਰ ਦੀਆਂ ਭਾਵਨਾਵਾਂ ਜੋ ਅੰਦਰ ਚੱਲ ਰਿਆ ਹੁੰਦਾ ਉਹ 2-4 10% ਕਹਿ ਸਕਦੇ ਆ ਕਿ ਉਹੀ ਨਿਕਲਦਾ ਹੈ ਤੇ ਮੈਨੂੰ ਲੱਗਦਾ ਕਿ ਵੀ ਮੈਂ ਹੱਲੇ ਬਹੁਤ ਵਿਫਲ ਜੋ ਕੁਝ ਅੰਦਰ ਚੱਲ ਰਿਹਾ ਉਸ ਨੂੰ ਕੈਨਵਸ ਤੇ ਲਿਆਉਣ ਲਈ ਕਿਉਂਕਿ ਮੇਰੇ ਕੋਲ ਟੈਕਨੀਕ ਜਿਹੜੀ ਹੈਗੀ ਆ ਜਿਹੜਾ ਰੰਗ ਨੇ ਸਾਡੇ ਕੈਨਵਸ ਹੈ ਉਹਦੀਆਂ ਕੁਝ ਲਿਮਿਟੇਸ਼ਨ ਨੇ ਜਿੱਦਾਂ ਅਸੀਂ ਜੋ ਅੰਦਰ ਦੇ ਭਾਵ ਹੁੰਦੇ ਆ ਅਸੀਂ ਕਹਿੰਦੇ ਕਿ ਬੋਲ ਕੇ ਵੀ ਵਿਅਕਤ ਨਹੀਂ ਕਰ ਸਕਦੇ ਪੂਰੀ ਤਰ੍ਹਾਂ ਹੈਨਾ ਔਰ ਬੋਲੀ ਜਿਹੜੀ ਹੈਗੀ ਆ ਉਸ ਤੋਂ ਅੱਗੇ ਜਾ ਕੇ ਆਰਟ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਰੰਗਾਂ ਨਾਲ ਸਾਡੇ ਇਮੋਸ਼ਨਸ ਜਿਹੜੇ ਨੇ ਉਹ ਹੂ ਬੂ ਹੂ ਦਾ ਨਹੀਂ ਲੇਕਿਨ ਕਿਸੇ ਹੱਦ ਤੱਕ ਉਹ ਇਮੋਸ਼ਨਸ ਜਿਹੜੇ ਨੇ ਉਹ ਲੋਕਾਂ ਨਾਲ ਸਾਂਝੇ ਹੋ ਸਕਦੇ ਨੇ ਦਰਸ਼ਕ ਨਾਲ ਸਾਂਝੇ ਹੋ ਸਕਦੇ ਆ ਲੇਕਿਨ ਫਿਰ ਵੀ ਜਿਦਾ ਮੈਂ ਤੁਹਾਨੂੰ ਕਿਹਾ ਕਿ ਉਹ 5 7 10% ਹੀ ਮੈਂ ਉਹ ਕੋਸ਼ਿਸ਼ ਕਰ ਪਾਉਣਾ ਹੱਲੇ ਵੀ ਸਟੂਡੈਂਟ ਹੈ ਵਿਦਿਆਰਥੀਆ ਸਿੱਖ ਰਹੇ ਆ ਕੋਸ਼ਿਸ਼ ਕਰ ਰਹੇ ਆ ਕਿ ਰੰਗਾਂ ਨਾਲ ਹੀ ਆਪਣੇ ਅੰਦਰ ਦੀ ਗੱਲ ਜਿਹੜੀ ਹੈ ਉਹ ਪੂਰੀ ਕਰ ਸਕੇ ਉਸੀਂ ਸਭਾਂ ਜੀ ਸਟੀਲ ਫਾਰਵਰਡ ਵੀ ਆਂ ਔਰ ਟਰੂਥਫੁਲ ਵੀ ਆਂ ਇਸ ਤਰ੍ਹਾਂ ਨੂੰ ਬਹੁਤ ਘੱਟ ਹੁੰਦੇ ਆ ਜੀ ਇਹ ਮੈਂ ਇਹ ਪੁੱਛਣਾ ਚਾਹਦਾ ਜੀ ਕਿ ਜਦੋਂ ਅਸੀਂ ਤੁਹਾਡੀਆਂ ਪੇਂਟਿੰਗ ਦੇਖਦੇ ਆਂ ਮੈਂ ਤੁਹਾਡੀਆਂ ਕਈ ਐਗਜ਼ੀਬਿਸ਼ਨਸ ਅਟੈਂਡ ਕੀਤੀਆਂ ਜੀ ਤੇ ਮੈਂ ਤੁਹਾਡੀਆਂ ਪੇਂਟਿੰਗਸ ਵੀ ਦੇਖੀਆਂ ਔਰ ਮੈਂ ਉਹਨਾਂ ਲੋਕਾਂ ਦੀ ਨਜ਼ਰਾਂ ਵੀ ਦੇਖੀਆਂ ਜਿਹੜੀਆਂ ਕਿ ਉਹ ਪੇਂਟਿੰਗਸ ਨੂੰ ਦੇਖ ਰਹੀਆਂ ਸੀ ਠੀਕ ਆ ਜੀ ਤੇ ਮੈਂ ਇਹ ਮਹਿਸੂਸ ਕੀਤਾ ਕਿ ਉਹ ਲੋਕ ਜਦੋਂ ਗਲਾਈਡ ਕਰਦੇ ਸੀ ਆਪਣੀ ਆਈਸ ਤੁਹਾਡੀਆਂ ਪੇਂਟਿੰਗਜ਼ ਉੱਪਰ ਜੀ ਜੋ ਮੈਂ ਵੀ ਇਸੇ ਤਰ੍ਹਾਂ ਹੀ ਕਰਦਾ ਸੀ ਜੀ ਤਾਂ ਉਹਦੇ ਵਿੱਚ ਨੇਚਰ ਦੇ ਸਿੰਬਲਸ ਬਹੁਤ ਹੁੰਦੇ ਆ ਇਸ ਤਰ੍ਹਾਂ ਬੋਲਡਾਂ ਦਾ ਬਾਰ-ਬਾਰ ਆਕਾਸ਼ ਆਉਂਦਾ ਆ ਜੀ ਜ਼ਿਆਦਾ ਕਲਾਊਡਸ ਆਉਂਦੇ ਜੀ ਇਹਦਾ ਕੀ ਕੋਈ ਵਿਸ਼ੇਸ਼ ਕਾਰਨ ਹੈ ਬਿਲਕੁਲ ਵਿਸ਼ੇਸ਼ ਕਾਰਨ ਹੈ ਜੀ ਉਹ ਮੈਂ ਸੋਚ ਸਮਝ ਕੇ ਕਰਦਾ ਹਾਂ ਇਸ ਗੱਲ ਨੂੰ ਕਿਉਂਕਿ ਮੈਂ ਜਿਹੜੀ ਮੇਰੀ ਪਰਵਰਿਸ਼ ਹੈ ਉਹ ਇੱਕ ਸਿੱਖ ਪਰਿਵਾਰ ਤੋਂ ਹੈ ਤਿਕੀ ਮੇਰੇ ਨਾਨਾ ਜੀ ਮੇਰੀ ਮਾਤਾ ਉਹਨਾਂ ਨੇ ਬੜਾ ਕੁਝ ਮੈਨੂੰ ਕੋਸ਼ਿਸ਼ ਕੀਤੀ ਹੈ ਦੇਣ ਦੀ ਔਰ ਜਿੰਨਾ ਕੁ ਮੈਂ ਗ੍ਰਹਿਣ ਕਰ ਸਕਿਆ ਹੈ ਗੁਰਬਾਣੀ ਤੋਂ ਕੁਝ ਟਾਈਮ ਐਸਾ ਹੁੰਦਾ ਸੀ ਜਦੋਂ ਘਰ ਦੇ ਵਿੱਚ ਅਸੀਂ ਰਹਿਰਾ ਸਾਹਿਬ ਨਹੀਂ ਕਿਸੇ ਕਰਦੇ ਤੇ ਸਾਨੂੰ ਸ਼ਾਮ ਦਾ ਖਾਣਾ ਨਹੀਂ ਸੀ ਮਿਲਦਾ ਮਾਤਾ ਕਹਿ ਦਿੰਦੀ ਹੁੰਦੀ ਸੀ ਕਿ ਪਹਿਲਾਂ ਰਹਿਰਾਸ ਕਰਕੇ ਆ ਫਿਰ ਖਾਣਾ ਮਿਲੇਗਾ ਹਾਂ ਨਾਨਾ ਜੀ ਜਦੋਂ ਸਾਡੇ ਘਰ ਆਉਂਦੇ ਸੀ ਮੈਂ ਬੜਾ ਪਰੇਸ਼ਾਨ ਹੋ ਜਾਂਦਾ ਸੀਗਾ ਉਹਨਾਂ ਦੀਆਂ ਬੰਤਸਾਂ ਜ਼ਿਆਦਾ ਹੁੰਦੀਆਂ ਸੀ ਕਿ ਆਇ ਕੀਤਾ ਹਾਂਜੀ ਐ ਪੜਿਆ ਗੁਟਕਾ ਠੀਕ ਠੰਗ ਨਾਲ ਰੱਖਿਆ ਠੀਕ ਠੰਗ ਨਾਲ ਲਪੇਟਿਆ ਉਹ ਜਿਹੜਾ ਸਾਰਾ ਕੁਝ ਸੀਗਾ ਉਹ ਅੰਦਰ ਜਿਹੜਾ ਹੈਗਾ ਉਹ ਮੇਰੇ ਆਇਆ ਔਰ ਉਹੀ ਚੀਜ਼ਾਂ ਮੈਂ ਵਿਅਕਤ ਕਰਨ ਦੀ ਕੋਸ਼ਿਸ਼ ਜਿਹੜੀ ਹੈਗੀ ਆ ਕਰ ਰਿਹਾ ਹਾਂ ਬੜੇ ਅ ਸੋਚ ਸਮਝ ਦੇ ਨਾਲ ਜੋ ਕੁਝ ਮੈਨੂੰ ਗੁਰਬਾਣੀ ਤੋਂ ਮਿਲਿਆ ਹਾਂਜੀ ਕਿਉਂਕਿ ਗੁਰੂ ਨਾਨਕ ਸਾਹਿਬ ਪੰਜੇ ਆਪਣਾ ਪੰਜੇ ਕੀ ਜਿੰਨੇ ਵੀ ਗੁਰੂਆਂ ਨੇ ਬਾਣੀ ਲਿਖੀ ਆ ਜਿਹੜੀ ਦਰਜ ਹੈ ਕਿਉਂਕਿ ਸਾਰੇ ਗੁਰੂ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ ਹਾਂਜੀ ਹਾਂਜੀ ਉਹਨਾਂ ਨੇ ਜਿਹੜੇ ਸਿੰਬਲ ਯੂਜ਼ ਕੀਤੇ ਨੇ ਹਾਂਜੀ ਹੈਨਾ ਗੁਰਨਾਨਕ ਦੇਵ ਖਾਸ ਕਰਕੇ ਗੁਰੂ ਅਰਜਨ ਦੇਵ ਜੀ ਦੀ ਜਿਹੜੀ 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 ਲੈਂਗੁਏਜ ਹੈ ਉਹਦੇ ਵਿੱਚ ਜਿਹੜੀ ਕੁਦਰਤ ਦੀ ਗੱਲ ਉਹ ਕਰਦੇ ਆ ਹੈਨਾ ਪੰਛੀ ਨੂੰ ਅਸੀਂ ਜਿਹੜਾ ਨਾ ਆਤਮਾ ਨਾਲ ਜੋੜਦੇ ਆ ਠੀਕ ਹੈ ਜੀ ਪੰਛੀ ਜਿਹੜਾ ਕਿਤੇ ਵੀ ਮੈਂ ਪੰਛੀ ਬਣਾਣਾ ਨਾ ਹਾਂਜੀ ਉਹ ਆਤਮਾ ਦਾ ਮੇਰਾ ਸਿੰਬਲ ਹੁੰਦਾ ਹੈ ਜਾਂ ਜਿਹੜਾ ਜੀਵਾਤਮਾ ਹੈ ਹਾਂਜੀ ਉਹਦਾ ਇਸ ਦੁਨੀਆ 'ਚ ਆ ਜਾਣਾ ਬਹੁਤੇ ਸਾਰੇ ਲੋਕਾਂ ਨੂੰ ਜਾਂ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਨਹੀਂ ਪਤਾ ਹੁੰਦਾ ਕਿਸੇ ਕਾਰਨ ਵਸ਼ ਅਸੀਂ ਇੱਥੇ ਆ ਗਏ ਹਾਂਜੀ ਲੇਕਿਨ ਜੀਵ ਆਤਮਾ ਨੇ ਆਪਣਾ ਇਹ ਜ਼ਿੰਦਗੀ ਦਾ ਜਿਹੜਾ ਇਹ ਭੌਤਿਕ ਵਰਲਡ ਹੈ ਇਸ ਦਾ ਸਫਰ ਤੈਅ ਕਰਨਾ ਉਹਦੇ ਵਿੱਚ ਇਹ ਸਿੱਖਣਾ ਵੀ ਜ਼ਰੂਰੀ ਹੈ ਕਿ ਅਸੀਂ ਕੀ ਵਾਪਸ ਜਿੱਥੋਂ ਆਏ ਹਾਂ ਨਿਜਤਾਮ ਜਾਂ ਜੋ ਵੀ ਅਸੀਂ ਕਹਿੰਨੇ ਆ ਸ਼ਬਦ ਕੋਈ ਵੀ ਹੋ ਸਕਦਾ ਉੱਥੇ ਜਾ ਸਕਦੇ ਹਾਂ ਤੇ ਉਹ ਜਿਹੜਾ ਪ੍ਰੋਸੈਸ ਹੈ ਉਹਦੇ ਵਿੱਚ ਜਿਹੜਾ ਮਾਈ ਸੈਲਫ ਹੈ ਜਿੰਨੂੰ ਅਸੀਂ ਪਰਮਾਤਮ ਰੂਪ ਕਹਿ ਸਕਦੇ ਆਤਮ ਰੂਪ ਕਹਿ ਸਕਦੇ ਆ ਗੁਰੂ ਸਾਹਿਬ ਕਹਿੰਦੇ ਨੇ ਵਿੱਚ ਜੋਤ ਰਾਖੀ ਤਾ ਤੂੰ ਜਗ ਮੇ ਆਇਆ ਘਟ ਹੀ ਮਾਹੇ ਬਾਹਰ ਨਹੀਂ ਔਰ ਉਹ ਮੈਨੂੰ ਹੁਣ ਮਹਿਸੂਸ ਹੁੰਦਾ ਹੈ ਕਿ ਜਿਹੜਾ ਘਟ ਵਿੱਚ ਬੈਠਿਆ ਹੋਇਆ ਹੈ ਉਹ ਉਹਦੇ ਨਾਲ ਜਿਹੜਾ ਤਾਲਮੇਲ ਹੁੰਦਾ ਹੈ ਤੇ ਉਹਦੇ ਸਿੰਬਲ ਗੁਰਬਾਣੀ ਵਿੱਚ ਕਿਹੜੇ ਹੁੰਦੇ ਸੀਗੇ ਉਹ ਮੈਂ ਸਿੰਬਲ ਜਿਹੜੇ ਹੈਗੇ ਆ ਉਹ ਕਢਣ ਦੀ ਕੋਸ਼ਿਸ਼ ਕਰਨਾ ਉਹਨਾਂ ਨੂੰ ਪੇਂਟਿੰਗ ਦੇ ਵਿੱਚ ਵਿਅਕਤ ਕਰਨ ਦੀ ਕੋਸ਼ਿਸ਼ ਕਰਨਾ ਔਰ ਤੁਸੀਂ ਦੇਖਿਆ ਹੋਵੇਗਾ ਕਿਸੇ ਵੀ ਪੇਂਟਿੰਗ ਦੇ ਵਿੱਚ ਜਦੋਂ ਪੰਛੀ ਬਣਾਉਣਾ ਮੇਰੇ ਪੰਛੀ ਆ ਰਹੇ ਨਹੀਂ ਹੁੰਦੇ ਪੇਂਟਿੰਗ ਚ ਉਹ ਫਲਾਈਟ ਤੇ ਹੁੰਦੇ ਨੇ ਕਿਤੇ ਜਾ ਰਹੇ ਹੁੰਦੇ ਨੇ ਇਹ ਵੀ ਇੱਕ ਸਿੰਬਲ ਹੈ ਹਾਂਜੀ ਔਰ ਜਿਹੜਾ ਕਲਾਊਡ ਦੀ ਤੁਸੀਂ ਗੱਲ ਕੀਤੀ ਹੈ ਹਾਂਜੀ ਕਲਾਊਡਸ ਮੈਂ ਇਦਾਂ ਸੋਚਦਾ ਕਿ ਜਦੋਂ ਆਮ ਲੋਕੀ ਗੱਲ ਕਰਦੇ ਨੇ ਬਾਬੇ ਨਾਨਕ ਨਾ ਮਿੱਟੀ ਧੁੰਦ ਜਗ ਚਾਨਣ ਹੋਇਆ ਮੈਂ ਇਦਾਂ ਦੀ ਕੋਈ ਧੁੰਦ ਦੀ ਗੱਲ ਨਹੀਂ ਕਰਦਾ ਲੇਕਿਨ ਮੈਂ ਇੱਕ ਚੀਜ਼ ਕਰਦਾ ਕਿ ਜਿਹੜਾ ਅਗਿਆਨ ਦਾ ਪਰਦਾ ਹੁੰਦਾ ਹੈ ਹਾਂਜੀ ਅਗਿਆਨ ਦੇ ਬੱਦਲਾਂ ਦੇ ਪਿੱਛੇ ਗਿਆਨ ਜਦੋਂ ਬੱਦਲ ਹਟਦੇ ਨੇ ਜਦੋਂ ਗਿਆਨ ਜਦੋਂ ਸਮਝ ਆਂਦੀ ਹੈ ਸਾਨੂੰ ਤੇ ਉਹ ਜਿਹੜੇ ਮੈਂ ਬੱਦਲ ਬਣਾਣਾ ਹੈ ਉਹਦੇ ਅੱਗੇ ਤੇ ਪਿੱਛੇ ਨੂੰ ਸੋਚ ਕੇ ਬਣਾਣਾ ਕਿ ਜਦੋਂ ਇਹ ਤੁੰ ਦੇ ਬੱਦਲ ਹਟਣਗੇ ਤਾਂ ਮੇਰੇ ਗਿਆਨ ਦੀ ਜਿਹੜੀ ਹੈਗੀ ਹੈ ਉਹ ਮੈਨੂੰ ਪ੍ਰਾਪਤੀ ਹੋਏਗੀ ਔਰ ਉਹਦੇ ਨਾਲ ਜਿਹੜਾ ਹੈਗਾ ਮੈਂ ਇੱਕਮਿਕ ਹੋ ਕੇ ਇਹਨਾਂ ਬੱਦਲਾਂ ਤੋਂ ਪਰੇ ਹੋ ਕੇ ਆਪਣੇ ਜਿਹੜਾ ਮੇਰਾ ਸੋਰਸ ਹੈ ਜਿਹੜਾ ਮੇਰਾ ਕੋਰ ਹੈ ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰ ਸਕਦਾ ਹਾਂ ਠੀਕ ਹੈ ਜੀ ਔਰ ਹਮੇਸ਼ਾ ਤੁਹਾਡੇ ਵਰਡਸ ਆ ਜਿਹੜੇ ਉਹ ਵਿੱਚਾ ਇਨ ਫਲਾਈਟ ਹੀ ਹੁੰਦੇ। ਬਿਲਕੁਲ ਜੀ ਬਿਲਕੁਲ। ਉਹ ਕਿਤੇ ਰੁਕੇ ਹੋਏ ਨਹੀਂ ਹੁੰਦੇ। ਬਿਲਕੁਲ। ਉਹ ਕਦੀ ਕਿਤੇ ਦਰਖਤ ਤੇ ਨਹੀਂ ਬੈਠਦੇ। ਜੀ। ਦਰਖਤ ਦੀ ਟਾਣੀ ਤੇ ਨਹੀਂ ਬੈਠਦੇ। ਜੀ। ਕਦੀ ਉਹ ਸਮੁੰਦਰ ਦੇ ਤਲ ਤੇ ਨਹੀਂ ਹੁੰਦੇ। ਜੀ। ਕਦੀ ਉਹ ਕਿਨਾਰੇ ਤੇ ਨਹੀਂ ਬੈਠਦੇ। ਉਹ ਹਮੇਸ਼ਾ ਚੱਲਦੇ ਰਹਿੰਦੇ ਆ। ਬਿਲਕੁਲ ਠੀਕ। ਔਰ ਇਹ ਚਲੋ ਤੁਸੀਂ ਮੇਰਾ ਖਿਆਲ ਤਾਂ ਕੰਟੀਨਿਊਸ਼ਨ ਆਫ ਲਾਈਫ ਆ ਜਾਂ ਇੱਕ ਪ੍ਰੋਸੈਸ ਆ ਜ਼ਿੰਦਗੀ ਦਾ ਜਿਹੜਾ ਚੱਲਦੇ ਰਹਿਣਾ ਹੀ ਜਿਹੜਾ ਇੱਕ ਲਾਜ਼ਮੀ ਹੁੰਦਾ। ਜੀ। ਇਹ ਇਹੀ ਤੁਸੀਂ ਸੋਚ ਕੇ ਉਹਨਾਂ ਨੇ ਹੋ ਬਿਲਕੁਲ ਅਪਾ ਪਹਿਲੇ ਵੀ ਗੱਲ ਕੀਤੀ ਸੀ ਕਿ ਬਹੁਤ ਸਾਰੇ ਜਿਹੜੇ ਮੇਰੇ ਬਰਡਸ ਨੇ ਹਾਂਜੀ ਜਿੱਥੇ ਕਿਤੇ ਮੈਂ ਬਰਡ ਰੁਕਿਆ ਹੋਇਆ ਬਣਾਇਆ ਹਾਂਜੀ ਉਹ ਘਟ ਬਣਾਇਆ ਤੁਸੀਂ ਉਹ ਹਾਂ ਜਿੱਥੇ ਕਿਤੇ ਰੁਕਿਆ ਹੋਇਆ ਬਣਾਉ ਇੱਕ ਸਿੰਬਲ ਹੈ ਹਾਂਜੀ ਕਿ ਇੱਕ ਪੇਂਟਿੰਗ ਦੇ ਵਿੱਚ ਜਿਹੜੀ ਹੈਗੀ ਆ ਉਹ ਬਗਲੇ ਦੀ ਔਰ ਹੰਸ ਦੀ ਗੱਲ ਹੋ ਰਹੀ ਕਿ ਆ ਹੰਸ ਕਿ ਆ ਬਗਲਾ ਹਾਂਜੀ ਜਾ ਕੋ ਨਦਰ ਕਰੇ ਹੈਨਾ ਤੇ ਉਹਦਾ ਜਿਹੜਾ ਸਿੰਬਲ ਹੈ ਗੁਰੂ ਸਾਹਿਬਾਂ ਨੇ ਦਿੱਤਾ ਇੱਕ ਬਗੂਲਾ ਜਿਹੜਾ ਹੈਗਾ ਕਿਤੇ ਇਹ ਸਿੰਬਲ ਹੈਗਾ ਕਿ ਉਹ ਬੈਠਿਆ ਹੋਇਆ ਹਾਂਜੀ ਲਿਕਨ ਮੈਂ ਪੇਂਟਿੰਗ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਉਸ ਦਾ ਜਿਹੜਾ ਦ੍ਰਿਸ਼ਟੀ ਹੈ ਉਸ ਦੀ ਪੰਛੀ ਦੀ ਉਹ ਹੰਸ ਵੱਲ ਹੈ ਵੈਸੇ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਬਗਲੇ ਔਰ ਹੰਸ ਦੇ ਵਿੱਚ ਕਾਗ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਸਾਡੀ ਕਿਰਤ ਵਿੱਚ ਫਰਕ ਹੁੰਦਾ ਹੈ ਔਰ ਪ੍ਰਮਾਤਮਾ ਦੀ ਜਿਹੜਾ ਜਿਹੜਾ ਡਿਵਾਈਨ ਹੈ ਉਹ ਹਰ ਇੱਕ ਦੇ ਵਿੱਚ ਇੱਕੋ ਜਿਹਾ ਪ੍ਰੈਜ਼ੈਂਸ ਹੈ ਹੈਨਾ ਉਹ ਅਸੀਂ ਲੋਕਾਂ ਨੇ ਰੰਗਾਂ ਦੇ ਭੇਦ ਜਾਂ ਪੰਛੀਆਂ ਦੇ ਭੇਦ ਬਣਾਏ ਹੋਏ ਨੇ ਲੇਕਿਨ ਇਹੀ ਹੁੰਦਾ ਹੈ ਕਿ ਜਿਹੜਾ ਰੁਕਣਾ ਜਿਹੜਾ ਹੈਗਾ ਉਹ ਇਸ ਦੁਨੀਆ ਦੀ ਇਹ ਜਿਹੜਾ ਪੌਥਿਕ ਵਰਲਡ ਹੈ ਇਹਦੇ ਵਿੱਚ ਰੁਝਾਨ ਦਾ ਕਾਰਨ ਔਰ ਆਪਣੀ ਮਸਤੀ ਹੈ ਲੇਕਿਨ ਉਡਾਨ ਜਿਹੜੀ ਹੈ ਉਹ ਜ਼ਿੰਦਗੀ ਦੀ ਕੰਟੀਨਿਊਸ਼ਨ ਦੇ ਨਾਮ ਨਾਲ ਜਿਹੜੀ ਹੈਗੀ ਹੈ ਆਤਮਾ ਦੀ ਕੰਟੀਨਿਊਸ਼ਨ ਹੈ ਔਰ ਮੈਂ ਕੋਸ਼ਿਸ਼ ਕਰਦਾ ਹੋ ਸਕਦਾ ਹੌਲੀ-ਹੌਲੀ ਅਗਾ ਕਿਸੇ ਜਗ੍ਹਾ ਤੇ ਜਿਹਨੂੰ ਪਰਮ ਧਾਮ ਕਹਿੰਦੇ ਜਾਂ ਕੁਝ ਕਹਿੰਦੇ ਉੱਥੇ ਥੰਮ ਜਾਣ ਦੀ ਜਿਹੜੀ ਮੇਰੀ ਕੋਸ਼ਿਸ਼ ਹੈ ਉਹ ਮੈਂ ਪੇਂਟਿੰਗ ਚ ਦਰਸਾ ਸਕਾਂ ਉਹ ਹਾਲੇ ਪਤਾ ਨਹੀਂ ਕਦੋਂ ਹੋਏਗਾ ਠੀਕ ਹੈ ਜੀ ਠੀਕ ਹੈ ਜੀ ਮੈਂ ਜੀ ਇੱਕ ਹੋਰ ਵੀ ਗੱਲ ਨੋਟ ਕੀਤੀ ਆ ਜਦੋਂ ਤੁਹਾਡੀਆਂ ਪੇਂਟਿੰਗ ਦੇਖਿਆ ਬੜੇ ਗੌਰ ਨਾਲ ਦੇਖਿਆ ਬੜੀ ਇੰਟੈਂਸਲੀ ਮੈਂ ਦੇਖਿਆ ਤੁਹਾਡੀਆਂ ਪੇਂਟਿੰਗਸ ਜੀ ਕਿ ਉਹ ਇਮਪ੍ਰੈਸ ਕਰਦੀਆਂ ਆ ਤਾਂ ਹੀ ਮੈਂ ਦੇਖਦਾ ਠੀਕ ਹੈ ਜੀ ਤੇ ਵਰਲਡ ਆਰਥ ਨੇ ਇੱਕ ਜਗ੍ਹਾ ਲਿਖਿਆ ਹੈ ਜੀ ਕਿ ਇੱਕ ਮੌਕਾ ਹੁੰਦਾ ਜੀ ਇੱਕ ਸਟੇਜ ਆਉਂਦੀ ਆ ਲਾਈਫ 'ਚ ਜੀ ਜਦੋਂ ਕਿ ਤੁਹਾਡੀ ਜਿਹੜੀ ਨਬਜ਼ ਹੈਗੀ ਆ ਉਹ ਰੁਕ ਜਾਂਦੀ ਠੀਕ ਹੈ ਦਿਲ ਦੀ ਧੜਕਣ ਜਿਹੜੀ ਉਹ ਰੁਕ ਜਾਂਦੀ ਹੈ ਇੱਕ ਅਜੀਬ ਕਿਸਮ ਦਾ ਅਹਿਸਾਸ ਜੀ ਤੇ ਲਾਈਨ ਕਿਉਂ ਲਿਖੀ ਹੈ ਬੜੀ ਖੂਬਸੂਰਤ ਲਾਈਨ ਆ ਜੀ ਕਿ ਵੀ ਸਟਾਰਟ ਸੀਇੰਗ ਇਨਟੂ ਦਾ ਲਾਈਫ ਆਫ ਥਿੰਗਸ ਆ ਰਿਪੀਟ ਕਰ ਲਾ ਬਿਲਕੁਲ ਠੀਕ ਹੈ ਵੀ ਸਟਾਰਟ ਸੀਇੰਗ ਇਨਟੂ ਦਾ ਲਾਈਫ ਆਫ ਥਿੰਗਸ ਇਨਟੂ ਦਾ ਲਾਈਫ ਆਫ ਥਿੰਗਸ ਰਿਕਾ ਜੀ ਸਾਡੇ ਵੀ ਸੀ ਇਨਟੂ ਦਾ ਲਾਈਫ ਆਫ ਥਿੰਗਸ ਬਿਲਕੁਲ ਜੀ ਬਿਲਕੁਲ ਕੀ ਤੁਹਾਨੂੰ ਇਸ ਤਰ੍ਹਾਂ ਵੀ ਕਦੀ ਮਹਿਸੂਸ ਹੋਇਆ ਔਰ ਇੱਕ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਕਿ ਅ ਕਬੀਰ ਸਾਹਿਬ ਗੁੰਗੇ ਦੀ ਮਠਾਈ ਵਾਂਗ ਕਹਿੰਦੇ ਨੇ ਜ਼ਾਹਿਰ ਨਹੀਂ ਕੀਤੀਆਂ ਜਾ ਸਕਦੀਆਂ ਬਸ ਕਿਸੇ ਹੱਦ ਤੱਕ ਇਹ ਗੱਲ ਨੂੰ ਜ਼ਾਹਿਰ ਕਰਨਾ ਜਿੰਨਾ ਕੋ ਪਤਾ ਹੁੰਦਾ ਉਹਨਾਂ ਕੋ ਬੰਦਾ ਗੱਲ ਕਰ ਸਕਦਾ ਹੈ ਹਾਂ ਇੱਕ ਸਟੇਟ ਹੁੰਦੀ ਹੈ ਜਿਸ ਨੂੰ ਅਸੀਂ ਮੈਡੀਟੇਟਿਵ ਸਟੇਟ ਦੇ ਵਿੱਚ ਜਿਸ ਨੂੰ ਜ्यों ਹੀ ਅਸੀਂ ਅਲਫਾ ਸਟੇਟ ਵਿੱਚ ਪਹੁੰਚਦੇ ਹਾਂ ਹਾਂਜੀ ਹੈਨਾ ਅਸੀਂ ਸਥਿਰ ਹਾਂਜੀ ਅਸੀਂ ਸਮਾਦੀਸ਼ਟ ਹਾਂ ਜਦੋਂ ਸਮਾਦੀਸ਼ਟ ਹੁੰਨੇ ਅਸੀਂ ਬੇਸਿਕਲੀ ਹਾਂਜੀ ਸਮਾਦੀ ਦਾ ਮਤਲਬ ਹੁੰਦਾ ਜਦੋਂ ਆਮ ਸਾਡੇ ਪਿੰਡਾਂ 'ਚ ਕਹਿੰਦੇ ਨੇ ਨਾ ਫਲਾਣੇ ਦੀ ਸਮਾਦ ਹਾਂਜੀ ਸਮਾਦੀ ਦਾ ਐਕਚੁਅਲ ਮਤਲਬ ਹੈ ਮੌਤ ਮੌਤ ਦਾ ਮਤਲਬ ਹੈ ਥਮ ਜਾਣਾ ਹਾਂਜੀ ਹੈਨਾ ਜਦੋਂ ਅਸੀਂ ਆਪਣੇ ਪ੍ਰੈਕਟਿਸ ਦੇ ਨਾਲ ਬੈਠ ਜਾਂਦੇ ਹਾਂ ਕਦੇ-ਕਦੇ ਗੁਰੂ ਕਿਰਪਾ ਹੁੰਦੀ ਹੈ ਸਮਾਦੀਸ਼ਟ ਹੁੰਦੇ ਹਾਂ ਹਾਂਜੀ ਉਦੋਂ ਐਸੇ ਸ਼ਣ ਆਉਂਦੇ ਨੇ ਜਦੋਂ ਅਸੀਂ ਵਾਕਈ ਸਾਰਾ ਕੁਝ ਥੰਮਿਆ ਹੋਇਆ ਮਹਿਸੂਸ ਕਰਦੇ ਹਾਂ ਹਾਂਜੀ ਹੈਨਾ ਔਰ ਉਦੋਂ ਚੀਜ਼ਾਂ ਦੀ ਕੋਰ ਨੂੰ ਟੱਚ ਵੀ ਕਰਦੇ ਹਾਂ ਜਿੱਥੇ ਕਿ ਸਾਰਾ ਬ੍ਰਹਿਮੰਡ ਇੱਕ ਲੜੀ ਚ ਫਰੋਇਆ ਹੋਇਆ ਮਹਿਸੂਸ ਹੁੰਦਾ ਹੈ ਉਹ ਕਿੱਥੋਂ ਤੱਕ ਪ੍ਰੋਗਰਮ ਹੋਇਆ ਮਹਿਸੂਸ ਹੁੰਦਾ ਇਹ ਹਰ ਇੱਕ ਦਾ ਨਿੱਜੀ ਐਕਸਪੀਰੀਅੰਸ ਹੈ ਲੇਕਿਨ ਉਹ ਜਿਹੜੀ ਇੱਕ ਸੁਰਤਾ ਹੈ ਹਾਂਜੀ ਉਹ ਜਿਹੜਾ ਇੱਕ ਲਹਿਤ ਹੈ ਹੈਨਾ ਉਹ ਉਸ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਬੰਦੇ ਨੂੰ ਔਰ ਡਿਵਾਈਨ ਵੰਡਰਫੁਲ ਮੂਮੈਂਟਸ ਹੁੰਦੀਆਂ ਨੇ ਇਹ ਜਿਹੜੀਆਂ ਕਿ ਸ਼ਬਦਾਂ ਚ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਬਟ ਹਾਂ ਜਿੱਦਾਂ ਤੁਸੀਂ ਸਵਾਲ ਪੁੱਛਿਆ ਹੈ ਹੋ ਜਾਂਦਾ ਹੈ ਕਿ ਤੁਸੀਂ ਚੀਜ਼ਾਂ ਦੀ ਕੋਰ ਤੱਕ ਉਹ ਜਿਹੜੀ ਅੰਦਰ ਬੈਠੀ ਐਨਰਜੀ ਹੈ ਹਾਂਜੀ ਉਹਦੇ ਨਾਲ ਇੱਕ ਮਿਕ ਹੋ ਜਾਂਦੀ ਹੈ ਇਹ ਜਿਹੜੀ ਸਟੇਜ ਆ ਅਗਰ ਮੈਂ ਪੁੱਛਣ ਦੀ ਤੁਸੀਂ ਇਜਾਜ਼ਤ ਦਿਓ ਜੀ ਤੇ ਇਹ ਜਿਹੜੀ ਸਟੇਜ ਆ ਇੱਕ ਵੇਖਣ ਵਾਲੀ ਹਾਂਜੀ ਇਹ ਕਿੰਨੀ ਕੁ ਦੇਰ ਤੱਕ ਲਾਸਟ ਕਰਦੀ ਹੈ ਇਹ ਸਾਡਾ ਨਿੱਜੀ ਐਕਸਪੀਰੀਅੰਸ ਹੁੰਦਾ ਜੀ ਹਰ ਇੱਕ ਦਾ ਆਪਣਾ ਆਪਣਾ ਹਾਂਜੀ ਲੇਕਿਨ ਮੈਂ ਮਹਿਸੂਸ ਕੀਤਾ ਹੈ ਕਿ ਉਹ ਛਣਪੰਗੁਰ ਇੱਕ ਛਣ ਹੁੰਦਾ ਹੈ ਹਾਂ ਉਹਦੇ ਵਿੱਚ ਹੀ ਹੁੰਦਾ ਹੈ ਹਾਂਜੀ ਲੇਕਿਨ ਜਿਹੜਾ ਸਾਡਾ ਦੁਨਿਆਵੀ ਕਲੌਕ ਹੈ ਹਾਂਜੀ ਉਹਦੇ ਵਿੱਚ ਇੱਕ ਘੰਟਾ ਵੀ ਹੋ ਸਕਦਾ ਪੂਰੀ ਇੱਕ ਰਾਤ ਵੀ ਹੋ ਸਕਦੀ ਹੈ ਸਮਾਧਿਸ ਉਸ ਕਿੰਨੀ देर ਹੋਇਆ ਉੱਥੇ ਮੇਰਾ ਆਪਣਾ ਤਜਰਬਾ ਹੈ ਕਿ ਮੈਨੂੰ ਮਹਿਸੂਸ ਟਾਈਮਲੈਸ ਹੋ ਜਾਂਦਾ ਹੈ ਬੰਦਾ ਉੱਥੇ ਹਾਂਜੀ ਹਾਂਜੀ ਕਈ ਵਾਰੀ ਇਦਾਂ ਹੁੰਦਾ ਕਿ ਇੱਕ ਸੈਕਿੰਡ ਵਾਂਗੂ ਲੱਗਦਾ ਹੈ ਕਿ ਤੁਹਾਡਾ ਜਿਹੜਾ ਹੈਗਾ ਜੋਰ ਤੁਸੀਂ ਸੈਕਿੰਡ ਕਿਹਾ ਲੇਕਿਨ ਜਦੋਂ ਅਸੀਂ ਟਾਈਮਲੈਸ ਦੀ ਗੱਲ ਕਰਦੇ ਹਾਂ ਨਾ ਹਾਂਜੀ ਉਹ ਟਾਈਮ 'ਚ ਬਿਆਨ ਨਹੀਂ ਹੋ ਸਕਦਾ ਕਈ ਵਾਰੀ ਅਸੀਂ ਕਈ ਜਨਮ ਘੁੰਮ ਕੇ ਆ ਜਾਂਦੇ ਹਾਂ ਔਰ ਇਸ ਵਰਲਡ ਦਾ ਸੈਕਿੰਡ ਹੀ ਹੁੰਦਾ ਹਾਂਜੀ ਹੈਨਾ ਕਈ ਵਾਰੀ ਤੁਸੀਂ ਸਮਾਦਿਸ਼ਟ ਹੁੰਨੇ ਆ ਕਿ 2-2 4-4 ਘੰਟੇ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡਾ ਕਲੌਕ ਹੈ ਤੁਸੀਂ ਰਾਤ ਨੂੰ ਮੰਨ ਲਓ ਕਿ ਸੜਕੇ ਤੁਸੀਂ 3:30 ਵਜੇ ਬੈਠੇ ਆ ਸਵੇਰ ਦੇ 6 ਜਾਂ 7 ਵਜੇ ਚਿੜੀਆਂ ਬੋਲਣ ਲੱਗ ਗਈਆਂ ਤੁਸੀਂ ਉੱਠ ਖੜੇ ਹੋਏ ਲੇਕਿਨ ਤੁਹਾਨੂੰ ਐਦਾਂ ਲੱਗਦਾ ਕਿ ਅੱਛਾ ਵੀ ਮੇਰੀ ਤਾਂ ਹਲੇ ਤਾਂ ਮੈਂ ਜੁੜਿਆ ਹੀ ਸੀਗਾ ਹਾਂਜੀ ਇਹ ਮਹਿਸੂਸ ਹੁੰਦਾ ਜੀ ਉੱਥੇ ਟਾਈਮ ਨਹੀਂ ਹੈ ਜੀ ਹਾਂਜੀ ਤੋਂ ਕਹਿਣਾ ਮੁਸ਼ਕਲ ਹੈ ਕਿ ਕਿੰਨੀ ਦੇਰ ਤੱਕ ਕਲਾਸ ਟੁੰਦਾ ਵੈਸੇ ਮੈਡੀਟੇਸ਼ਨ ਦੇ ਦੌਰਾਨ ਕਈ ਵਾਰੀ ਇਸ ਤਰ੍ਹਾਂ ਵੀ ਪ੍ਰਤੀਤ ਹੁੰਦਾ ਰਹਿੰਦਾ ਜੀ ਕਿ ਇੱਕ ਇੱਕ ਤਰਲ ਪਦਾਰਥ ਹੈ ਇੱਕ ਤੁਸੀਂ ਹਨੀ ਟਾਈਪ ਕਹਿ ਲਓ ਉਹਦਾ ਐਨ ਸੁਆਦ ਤਨੀ ਆਪਾਂ ਕਹਿ ਸਕਦੇ ਉਹ ਗਲੇ ਚ ਉਤਰਦਾ ਕੀ ਤੁਹਾਡੇ ਵੀ ਇਸ ਤਰ੍ਹਾਂ ਹੋਇਆ ਐਂਡ ਕੀ ਉਹਨੂੰ ਤੁਸੀਂ ਕਦੀ ਪੇਂਟਿੰਗ ਦੇ ਵਿੱਚ ਵੀ ਉਹਨੂੰ ਕੋਈ ਰੂਪ ਦੇਣ ਦੀ ਕੋਸ਼ਿਸ਼ ਕੀਤੀ ਅਗਲੇ ਹੋ ਜਾਂਦਾ ਅੱਛਾ ਜੀ ਨਹੀਂ ਇਹ ਹਰ ਇੱਕ ਦਾ ਆਪਣਾ ਆਪਣਾ ਐਕਸਪੀਰੀਅੰਸ ਹੀ ਅੰਦਰ ਬਹੁਤ ਸਾਰੇ ਐਕਸਪੀਰੀਅੰਸ ਹੁੰਦੇ ਨੇ ਹਾਂਜੀ ਕੱਲਾ ਇਹ ਵਾਲਾ ਐਕਸਪੀਰੀਅੰਸ ਜਿਹੜਾ ਨਾ ਅਸੀਂ ਇਹ ਨੂੰ ਕੁਝ ਇੱਕ ਨੂੰ ਕੁਝ ਲੋਕਾਂ ਨੂੰ ਇਹ ਐਕਸਪੀਰੀਅੰਸ ਹੁੰਦਾ ਕਿਉਂਕਿ ਖੇਡ ਹੈ ਸਾਰੀ ਜਿੰਨੂੰ ਅਸੀਂ ਕਹਿੰਦੇ ਆ ਕਿ ਆ ਰਾਮ ਰਸਾਇਣ ਨਿਤਨਿਤ ਪੀਓ ਅਸੀਂ ਇੱਥੇ ਗੁਰਬਾਣੀ ਦੇ ਵਿੱਚ ਵੀ ਉਸਨੂੰ ਕੈਮੀਕਲ ਰਸਾਇਣ ਕਿਹਾ ਗਿਆ ਹਾਂਜੀ ਸੰਤ ਲੋਕ ਉਸਨੂੰ ਰਸਾਇਣ ਹੀ ਕਹਿੰਦੇ ਆ ਕੈਮੀਕਲ ਹੀ ਕਹਿੰਦੇ ਆ ਜਿਹੜੀ ਅੱਜ ਦੀ ਸਾਇੰਸ ਹੈ ਉਹ ਇਹਦਾ ਸਾਰੇ ਖੇੜ ਜਿਹੜੀ ਆ ਉਹ ਪੀਨਿਅਲ ਗਲੈਂਡ ਦੇ ਨਾਲ ਜੋੜਦੇ ਨੇ ਕਿ ਜਦੋਂ ਅਸੀਂ ਕਿਸੇ ਖਾਸ ਮੂਵਮੈਂਟ ਦੇ ਵਿੱਚ ਹੁੰਨੇ ਆ ਕੋਈ ਖਾਸ ਪਦਾਰਥ ਉਹ ਤਰਲ ਜਿਹੜਾ ਹੈਗਾ ਜਿਹਨੂੰ ਰਾਮ ਰਸਾਇਣ ਕਿਹਾ ਜਾਂਦਾ ਹਾਂਜੀ ਹੋ ਸਕਦਾ ਇਹ ਹੋਵੇ ਆਪਾਂ ਜ਼ਰੂਰੀ ਨਹੀਂ ਹੈ ਕਿ ਉਹੀ ਹੋਵੇ ਕੁਝ ਹੋਰ ਵੀ ਹੋ ਸਕਦਾ ਕਿ ਆਪਾਂ 100% ਕਿਉਂਕਿ ਜਿਹੜਾ ਜਿਹੜੇ ਜਿਹੜੇ ਮਿਸਟਿਕ ਐਕਸਪੀਰੀਅੰਸ ਹੈ ਨਾ ਉੱਥੇ ਕੋਈ ਵੀ ਚੀਜ਼ ਨੂੰ ਅਸੀਂ 100% ਨਹੀਂ ਕਹਿ ਸਕਦੇ ਲੇਕਿਨ ਜਿਉਂ ਹੀ ਪਿਨਲ ਗਲੈਂਡ ਤੁਹਾਡਾ ਰਸਾਇਣ ਚੇਂਜ ਕਰਦਾ ਹੈ ਉਹ ਤੁਹਾਡੇ गिरਦੇ ਨੇ ਹੈਨਾ ਜਾਂ ਫਿਰ ਜਿਹਨੂੰ ਕਹਿ ਸਕਦੇ ਆ ਜਦੋਂ ਕੋਸਮਿਕ એનર્ਜੀ ਦੇ ਨਾਲ ਤੁਸੀਂ ਜੁੜਦੇ ਆ ਉਹ ਤੁਹਾਡੇ ਸਾਹਸਤਰ ਤੋਂ ਤੁਹਾਡੇ ਨਾਲ ਜਿਹੜੀ ਬਹਿਣੀ ਸ਼ੁਰੂ ਹੁੰਦੀ ਹੈ ਤੇ ਕੁਝ ਲੋਕਾਂ ਨੂੰ ਮਹਿਸੂਸ ਹੁੰਦਾ ਹੈ ਕਿ ਇੱਕ ਤਰਲ ਪਦਾਰਥ ਜਿਹੜਾ ਗਲੇ ਤੱਕ ਮੇਰਾ ਐਕਸਪੀਰੀਅੰਸ ਨਹੀਂ ਹੈ। ਮੇਰੀ ਜਿਹੜੀ ਟ੍ਰੇਨਿੰਗ ਹੈ ਜਿੰਨਾ ਤੋਂ ਮੈਂ ਸਿੱਖਿਆ ਹੈਗਾ ਉਹਨਾਂ ਨੇ ਸਹਿਜ ਵਿੱਚ ਹੋਣ ਦੀ ਕੋਸ਼ਿਸ਼ ਕਿਹਾ ਹੈਗਾ ਕਿ ਵੀ ਜੋ ਹੋ ਰਿਹਾ ਉਸ ਨੂੰ ਆਨੰਦਿਤ ਹੋਵੋ ਔਰ ਜਿਹੜੀ ਫਲਾਈਟ ਵਿੱਚ ਤੁਸੀਂ ਚਲੇਗੇ ਮੈਂ ਦੇਸੀ ਭਾਸ਼ਾ 'ਚ ਕਹਿ ਸਕਦਾ ਕਿ ਉਹ ਕਹਿੰਦੇ ਹੁੰਦੇ ਜਦੋਂ ਅੰਦਰ ਦਾ ਟੈਲੀਵਿਜ਼ਨ ਲੱਗ ਜਾਵੇ ਤੁਹਾਡਾ ਤੇ ਫਿਰ ਤੁਸੀਂ ਆਨੰਦਿਤ ਹੋਵੋ ਪਰਵਾਹ ਨਹੀਂ ਹੈ ਕਿ ਤੁਹਾਡਾ ਡੋਪਾਮਾਈਨ ਅੰਦਰ ਗਿਰ ਰਿਹਾ ਕਿਤੇ ਜਾਂ ਕੋਈ ਕੈਮੀਕਲ ਗਿਰ ਰਿਹਾ ਹੈਗਾ ਤੁਹਾਨੂੰ ਪਤਾ ਹੁੰਦਾ ਕਿ ਆਨੰਦਿਤ ਹੈ ਬਸ ਉਸ ਆਨੰਦ ਦੀ ਅਵਸਥਾ ਨੂੰ ਮੰਨਣਾ ਉਸ ਦੇ ਵਿੱਚ ਉਹਦੇ ਨਾਲ ਜੁੜ ਕੇ ਆ ਬਲਿਸਫੁਲ ਜਿਹੜਾ ਹੈਗਾ ਉਹ ਜਿਹੜੀ ਸਟੇਟ ਹੈ ਉਹ ਸ਼ੁਕਰਾਨੇ ਦੇ ਵਿੱਚ ਕਿ थैंक यू ਵੈਰੀ ਮਚ ਔਰ ਉਹ ਆਰਾਮ ਦੇ ਨਾਲ ਹੋ ਜਾਂਦਾ ਹੈ ਲੇਕਿਨ ਕੁਝ ਜਨਮ ਵੀ ਲੱਗ ਜਾਂਦੇ ਨੇ ਸਾਨੂੰ ਕਿ ਬਹੁਤ ਸਾਰੇ ਮਹਾਪੁਰਸ਼ ਜਿਹੜੇ ਨੇ ਸੰਤ ਨੇ ਉਹ ਤਰਸਦੇ ਨੇ ਹਾਂਜੀ ਕਿ ਇੱਕ ਵਾਰੀ ਦਰਸ਼ਨ ਹੋਏ ਸੀ ਹੁਣ ਅਬ ਕਦ ਹੁਣ ਕਦ ਉਹ ਗੁਰੂ ਕਿਰਪਾ ਦਾ ਵਾਲੀ ਹੁੰਦਾ ਜੀ ਠੀਕ ਜੀ ਜਾ ਗੁਰੂ ਨੇ ਕਿਹਾ ਵੀ ਹੈ ਜੀ ਗੁਰੂ ਸਾਹਿਬ ਨੇ ਕਿ ਜੇ ਉਹ ਰਸ ਵਿਸਰ ਗਿਆ ਤਾਂ ਰਸ ਹੋਰ ਤੇ ਇੱਕ ਇੱਕ ਐਸੈਂਸ ਜਾਂ ਇੱਕ ਰਸਤਾ ਉਹਨਾਂ ਨੇ ਨਾਮ ਦੇ ਰਸ ਤਾਂ ਜੀ ਕਿ ਉਹ ਰਸ ਅਗਰ ਵਿਸਰ ਵੀ ਜਾਣ ਤਾਂ ਰਸ ਹੋਰ ਬਹੁਤ ਆ ਮਤਲਬ ਕਿ ਉੱਥੇ ਕਿਨਫਿਨਟ ਭੰਡਾਰ ਹੈ ਉਸ ਇਨਫਿਨਟ ਭੰਡਾਰ ਨੂੰ ਵੀ ਤੁਸੀਂ ਕਦੀ ਪੇਂਟਿੰਗਸ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਸਰ ਜੀ ਜਿਹੜਾ ਇਨਫਿਨਟ ਭੰਡਾਰ ਹੈ ਨਾ ਜੇ ਧਿਆਨ ਨਾਲ ਮੈਂ ਆਪਣੀ ਤਸਵੀਰ ਨੂੰ ਦੇਖਦਾ ਨਾ ਤੇ ਮੈਂ ਗੱਲ ਹੀ ਇਨਫਿਨਿਟੀ ਦੀ ਕਰ ਰਿਹਾ ਹਾਂ ਹਾਂਜੀ ਉਹ ਸਮੁੰਦਰ ਦੀ ਤੁਸੀਂ ਹਮੇਸ਼ਾ ਜੇ ਸਮੁੰਦਰ ਹੈ ਹਾਂਜੀ ਤੇ ਉਹਦੇ ਨਾਲ ਆਕਾਸ਼ ਹੈ ਹਾਂਜੀ ਹਾਂਜੀ ਸਮੁੰਦਰ ਦੀ ਫਿਰ ਵੀ ਲਿਮਿਟੇਸ਼ਨ ਹੈ ਹਾਂਜੀ ਆਕਾਸ਼ ਦੀ ਅਸੀਂ ਜਿਹੜਾ ਜਿਹੜਾ ਆਕਾਸ਼ ਹੈ ਉਹਦੀ ਕੋਈ ਜਿਹੜੀ ਸਪੇਸ ਹੈ ਉਹਦੀ ਕੋਈ ਲਿਮਟ ਨਹੀਂ ਹੈਨਾ ਹਾਂਜੀ ਤੇ ਉਹ ਸਪੇਸ ਦੇ ਵਿੱਚ ਹੀ ਕਿ ਕੋਟਾਨ ਜਿਹੜੇ ਬ੍ਰਹਿਮੰਡ ਨੇ ਉਹਦੇ ਵਿੱਚ ਹੀ ਜਿਹੜੇ ਹੈਗੇ ਆ ਉਹ ਉਹ ਹੈਗੇ ਨੇ ਕੋਟਨ ਗੈਲੈਕਸੀਜ਼ ਜਿਹੜੀਆਂ ਹੈਗੀਆਂ ਜਿਹੜੀਆਂ ਸਾਨੂੰ ਭੌਤਿਕ ਦਿਖਦੀਆਂ ਨੇ ਜਿਹੜਾ ਹੁਣ ਸਾਇੰਸ ਕਹ ਰਿਹਾ ਉਹ ਸਪੇਸ ਦੇ ਵਿੱਚ ਹੈ ਔਰ ਉਹ ਸਪੇਸ ਜਿਹੜੀ ਹੈ ਸਾਡੇ ਅੰਦਰ ਵੀ ਉਹੀ ਸਪੇਸ ਹੈ ਠੀਕ ਹੈ ਜੀ ਔਰ ਮੈਂ ਕੋਸ਼ਿਸ਼ ਕਰਦਾ ਆਪਣੇ ਪੇਂਟਿੰਗ ਦੇ ਵਿੱਚ ਉਹ ਸਪੇਸ ਕ੍ਰੀਏਟ ਕਰਨ ਦੀ ਹਾਂਜੀ ਹਾਂਜੀ ਅੱਗੇ ਪਿੱਛੇ ਜਿਹੜਾ ਔਰ ਉਹ 3D ਕਿਉਂਕਿ ਕਿਉਂਕਿ ਮੇਰੇ ਕੈਨਵਸ ਤੇ ਉੱਤੇ ਲਿਮਿਟੇਸ਼ਨ ਹੁੰਦੀਆਂ ਹਨ ਹਾਂਜੀ ਹਾਂਜੀ ਤੇ ਜਿੰਨਾ ਕਸੀਂ 3D ਕਰਕੇ ਜਾਂ ਅੱਗੇ ਪਿੱਛੇ ਕਰਕੇ ਰੰਗਾਂ ਦੇ ਨਾਲ ਗੂੜੇ ਰੰਗ ਲਾ ਕੇ ਹੈਨਾ ਲਾਈਟਰ ਕਲਰ ਲਾ ਕੇ ਹੈਨਾ ਵਰਡਸ ਨੂੰ ਕਈ ਵਾਰੀ ਬਲੈਕ ਪੇਸ਼ ਕਰਦੇ ਆ ਜਾਂ ਵਾਈਟ ਵੀ ਕਰਦੇ ਆ ਹਾਂਜੀ ਉਹ ਕੰਟਰਾਸਟ ਦੇਣ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਜਿਹੜਾ ਅੱਗੇ ਪਿੱਛੇ ਉਹ ਸਪੇਸ ਕ੍ਰੀਏਟ ਹੋ ਸਕੇ ਹਾਂਜੀ ਹਾਂਜੀ ਔਰ ਕੋਸ਼ਿਸ਼ ਦੇਖੋ ਮੈਂ ਕਰਨਾ ਅੱਗੇ ਕਿੱਥੋਂ ਤੱਕ ਕਾਮਯਾਬ ਹੈ ਨਹੀਂ ਬਹੁਤ ਹੱਦ ਤੱਕ ਤੁਸੀਂ ਕਾਮਯਾਬ ਰਹਿੰਦੇ ਹੋ ਮੈਨੂੰ ਨਹੀਂ ਪਤਾ ਔਰ ਨਹੀਂ ਬਹੁਤ ਹੱਦ ਤੱਕ ਤੁਸੀਂ ਕਾਮਯਾਬ ਹੋ ਜੀ ਔਰ ਵੈਸੇ ਵੀ ਜੋ ਮੈਂ ਸੋਚਦਾ ਨਾ ਜਸਵੰਤ ਜੀ ਜੀ ਤਨਹੀਂ ਕਿਨਾਂਕ ਠੀਕ ਹੈ ਕਿ ਨਹੀਂ ਕੋਈ ਵੀ ਮੀਡੀਅਮ ਹੋਵੇ ਆਰਟ ਦਾ ਜੀ ਉਹ ਪੂਰੀ ਤਰ੍ਹਾਂ ਤੁਹਾਡੇ ਮਨ ਦੀ ਤਾਂ ਵਿਆਖਿਆ ਨਹੀਂ ਕਰ ਸਕਦਾ ਪਰ ਉਹ ਜਿਹੜਾ ਕੋਸਮੋਸ ਹਾਂਜੀ ਤੇ ਉਹਦੀ ਵੀ ਡੈਫੀਨੇਸ਼ਨ ਨਹੀਂ ਦੇ ਸਕਦਾ ਜਦੋਂ ਦਾ ਤਾਂ ਉਹ ਅਧੂਰੀ ਹੈ ਇਹ ਅਧੂਰੀ ਕਿਉਂ ਰਹਿ ਜਾਂਦੀ ਹੈ ਤੁਸੀਂ ਬਿਲਕੁਲ ਪਹਿਲਾਂ ਇੱਕ ਗੱਲ ਕੀਤੀ ਸੀਗੀ ਇੱਕ ਬੜੇ ਵੱਡੇ ਦਾਰਸ਼ਨਿਕ ਦਾ ਕੋਟ ਵੀ ਕੀਤਾ ਸੀਗਾ ਕਿ ਆਰਟ ਇਮਿਟੇਸ਼ਨ ਹੈ ਹੈਨਾ ਮੈਂ ਜਦੋਂ ਆਰਟ ਸ਼ਬਦ ਆਉਂਦਾ ਨਾ ਤੇ ਮੈਂ ਛੋਟੀ ਜਿਹੀ ਗੱਲ ਕਰਦਾ ਹੁਣਾਂ ਕਿ ਇਹ ਆਰਟੀਫੀਸ਼ੀਅਲ ਹੈ ਆਰਟੀਫੀਸ਼ੀਅਲਿਟੀ ਹੈ ਦੇ ਵਿੱਚ ਹਾਂ ਰਿਐਲਿਟੀ ਨਹੀਂ ਹੈ ਠੀਕ ਹੈ ਜੀ ਹੈ ਨਾ ਜਦੋਂ ਵੀ ਅਸੀਂ ਆਰਟ ਦੀ ਗੱਲ ਕਰਦੇ ਹਾਂ ਨਾ ਇਮਿਟੇਸ਼ਨ ਦੀ ਹੀ ਗੱਲ ਕਰਦੇ ਹਾਂ ਔਰ ਜਿੱਥੋਂ ਤੱਕ ਇਮਿਟੇਸ਼ਨ ਦੀ ਗੱਲ ਹੈ ਨਾ ਦੇਖੋ ਨਾ ਇੱਥੋਂ ਤੱਕ ਅਸੀਂ ਆਮ ਗੱਲਾਂ ਦੀ ਗੱਲ ਕਰ ਲਈਏ ਕਿ ਅਸੀਂ ਸ਼ਹਿਦ ਹੈ ਜਦ ਤੱਕ ਅਸੀਂ ਉਸ ਨੂੰ ਆਪਣੀ ਜੀਬ ਦੇ ਉੱਤੇ ਉਹਦਾ ਕਤਰਾ ਨਹੀਂ ਰੱਖਦੇ ਅਸੀਂ ਲੱਖ شہਦ ਬਣਾ دیے ਲੱਖ ਮੱਖੀਆਂ ਬਣਾ ਕੇ ਛੱਤਾ ਬਣਾ ਕੇ ਪੇਂਟ ਕਰ ਲਏ ਲੇਕਿਨ ਉਹ ਪੇਂਟਿੰਗ ਜਿਹੜੀ ਹੈ ਨਾ ਬੜਾ ਮੁਸ਼ਕਲ ਹੁੰਦਾ ਹੈ ਕਿ ਤੁਹਾਡੀ ਜੀਪ ਦੇ ਉੱਤੇ ਸ਼ਹਿਦ ਦਾ ਇੱਕ قطਰਾ ਉਹਦਾ ਜਿਹੜਾ ਸਵਾਦ ਹੈ ਉਹਦੇ ਜਿਹੜੇ ਜਿਹੜੀ ਕੈਮੀਕल्स ਨੇ ਤੁਹਾਡੀ ਬਾਡੀ ਨੂੰ ਕਿਦਾਂ ਪ੍ਰਭਾਵਿਤ ਕਰਦੇ ਆ ਰੋਮ ਰੋਮ ਤੁਹਾਡਾ ਜਿਹੜਾ ਕਿਦਾਂ ਅਨੰਦਿਤ ਹੁੰਦਾ ਹੈ ਬੜਾ ਮੁਸ਼ਕਲ ਹੁੰਦਾ ਹੈ ਕੈਨਵਸ ਦੇ ਉੱਤੇ ਉਸ ਆਨੰਦ ਨੂੰ ਮੰਨਣਾ ਪਰ ਕੋਸ਼ਿਸ਼ ਜਾਰੀ ਹੈ ਜੀ ਦੇਖੋ ਮਤਲਬ ਫਾਈਡੈਲਿਟੀ ਟੂ ਐਕਸਪੀਰੀਅੰਸ ਨਹੀਂ ਹੋ ਸਕਦੀ ਆਰਟ ਵਿੱਚ ਜਿਸ ਤਰ੍ਹਾਂ ਫੀਥਫੁਲਨੈਸ ਟੂ ਯੂਰ ਓਨ ਐਕਸਪੀਰੀਅੰਸ ਜੇ ਤੁਸੀਂ ਹੰਡਾ ਰਹੇ ਹੋ ਨੇ ਆ ਉਹ ਕਿਸੇ ਵੀ ਆਰਟ ਦੇ ਮੀਡੀਅਮ ਚ ਜਿਹਦੇ ਵਿੱਚ ਇੱਕ ਪੇਂਟਿੰਗ ਵੀ ਹੈਗਾ ਉਹ ਪੂਰੀ ਤਰ੍ਹਾਂ ਵਿਅਕਤ ਨਹੀਂ ਹੋ ਸਕਦਾ ਦੇਖੋ ਜੀ ਅਸੀਂ ਲੱਖ ਬਰੌਸ਼ਰ ਬਣਾ ਕੇ ਇਹ ਕਹਿ ਲਈਏ ਕਿਤਾਬਾਂ ਲਿਖ ਕੇ ਕਹਿ ਲਈਏ ਕਿ ਮੈਨੂੰ ਘੋੜਸਵਾਰੀ ਆਉਂਦੀ ਹੈ ਉਹ ਸੇਮ ਗੱਲ ਹੈ ਨਾ ਲੇਕਿਨ ਜਦ ਤੱਕ ਘੋੜੇ ਤੇ ਬੈਠ ਕੇ ਤੁਸੀਂ ਉਹਦੀ ਸਵਾਰੀ ਨਹੀਂ ਕਰਦੇ ਨਾ ਹਾਂਜੀ ਤੇ ਕੋਟ ਸਵਾਰੀ ਤੇ ਹਜ਼ਾਰਾਂ ਕਿਤਾਬਾਂ ਲਿਖੀਆਂ ਜਾ ਸਕਦੀਆਂ ਹੈ ਹਨਾ ਤੈਰਾਕ ਜਿਹੜਾ ਹੈਗਾ ਉਹ ਇੱਕ ਵੱਡਾ ਐਕਸਪੀਰੀਅੰਸ ਇੱਕ ਕਿਤਾਬ ਚ ਲਿਖ ਸਕਦਾ ਕਿ ਉਹ ਜਿਹੜਾ ਹੈਗਾ ਕਿ ਮੈਂ ਇਦਾਂ ਕਰਕੇ ਤੈਰ ਸਕਦਾ ਹਾਂ ਟੁੱਬੀਆਂ ਮਾਰ ਸਕਦਾ ਹਾਂ ਕਿਤਾਬ ਪੜ੍ਹ ਕੇ ਅਸੀਂ ਉਹ ਟੁੱਬੀ ਨਹੀਂ ਮਾਰ ਸਕਦੇ ਉਹਦੇ ਵਾਸਤੇ ਉਹਦੇ ਵਾਸਤੇ ਸਾਨੂੰ ਪਾਣੀ ਵਿੱਚ ਉਤਰਨਾ ਪਏਗਾ ਬਿਲਕੁਲ ਸਹੀ ਬਿਲਕੁਲ ਸਹੀ ਇਹ ਹੁਣ ਆਪਾਂ ਗੱਲ ਕਰ ਲਈ ਜੀ ਕਿ ਆਰਟ ਦਾ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜੀ ਕੀ ਮਤਲਬ ਇਹਦਾ ਕਿੰਨੀ ਕਿਹਦੀ ਸਰਵਕਾਰਤਾ ਹੈਗੀ ਹੈ ਜੀ ਤੇ ਤੁਸੀਂ ਤਾਂ ਲੋਕ ਟ੍ਰਾਟਰ ਰਹੇ ਹੋ ਤੁਹਾਡੀ ਆਟੋਬਾਇਓਗ੍ਰਾਫੀ ਦੱਸਦੀ ਹੈ ਤੁਸੀਂ ਯੂਰਪ ਵੀ ਕੋ ਮਿਆਂ ਤੁਸੀਂ ਨਾਰਥ ਅਮਰੀਕਾ ਵਿੱਚ ਵੀ ਰਹੇ ਆ ਤੁਸੀਂ ਏਸ਼ੀਆ ਵਿੱਚ ਵੀ ਰਹੇ ਆ ਤੁਸੀਂ ਅਫਰੀਕਾ ਵਿੱਚ ਵੀ ਰਹੇ ਆ ਜੀ ਤੇ ਇਨੇ ਮਹਾਦੀਪਾਂ ਦਾ ਸਫਰ ਕੀਤਾ ਜੀ ਤੇ ਉਹਦੇ ਵਿੱਚ ਤੁਸੀਂ ਪੇਂਟਿੰਗ ਦੀ ਤੁਹਾਡੀਆਂ ਬੜੀਆਂ ਐਗਜ਼ੀਬਿਸ਼ਨਾਂ ਹੋਈਆਂ ਜੀ ਬੜੇ ਦੇਸ਼ਾਂ 'ਚ ਐਗਜ਼ੀਬਿਸ਼ਨਾਂ ਹੋਈਆਂ ਚੰਗੇ ਚੰਗੇ ਜਿਹੜੇ ਪੇਂਟਰ ਉਹਨਾਂ ਦੇ ਨਾਲ ਨਾ ਨਾ ਤੁਹਾਡੀਆਂ ਜਿਹੜੀਆਂ ਸ਼ੋਲਡਰ ਟੂ ਸ਼ੋਲਡਰ ਜੀ ਐਗਜ਼ੀਬਿਸ਼ਨ ਦੇ ਵਿੱਚ ਤੁਹਾਡੀਆਂ ਪੇਂਟਿੰਗ ਸੀ ਔਰ ਉਹਨਾਂ ਦੀ ਸراہਨਾ ਵੀ ਬਹੁਤ ਲੋਕਾਂ ਨੇ ਕੀਤੀ ਜੀ ਤੁਸੀਂ ਕੀ ਮਹਿਸੂਸ ਕਰਦੇ ਹੋ ਜੀ ਕਿ ਅੱਜ ਕੱਲ ਆਪਣੇ ਦੇਸ਼ ਜਿਹੜਾ ਆਪਣਾ ਇੰਡੀਆ ਦੇਸ਼ ਅੱਛਾ ਉਹਦੇ ਵਿੱਚ ਜ਼ਿਆਦਾ ਪ੍ਰੋਤਸਾਹਨ ਕਰਦੇ ਆ ਆਰਟ ਔਰ ਪੇਂਟਿੰਗਸ ਨੂੰ ਕਿ ਦੂਸਰੇ ਦੇਸ਼ਾਂ ਵਾਲੇ ਕਰਦੇ ਆ ਅਗਰ ਦੂਸਰੇ ਦੇਸ਼ਾਂ ਹੋਣੇ ਕਰਦੇ ਆ ਜੀ ਤਾਂ ਉਹ ਕਿਹੜਾ ਮਹਾਦੀਪ ਅਜੇ ਵਿੱਚ ਇਹਦੀ ਜ਼ਿਆਦਾ ਜਿਹੜੀ ਹੈ ਐਨਕੁਰੇਜਮੈਂਟ ਹੁੰਦੀ ਹੈ ਸਵਾਲ ਤੁਹਾਡੇ 2-3 ਹੋ ਗਏ ਇੱਕ-ਇੱਕ ਕਰਕੇ ਕੋਸ਼ਿਸ਼ ਕਰਦੇ ਆ ਜੀ ਉਸ ਨੂੰ ਕਿ ਜਿੱਦਾਂ ਤੁਸੀਂ ਕਿਹਾ ਕਿ ਬਹੁਤ ਵੱਖਰੇ-ਵੱਖਰੇ ਜਗ੍ਹਾ ਤੇ ਰਹੇ ਆ ਹਾਂ ਬਿਲਕੁਲ ਵੱਖਰੇ-ਵੱਖਰੇ ਜਗ੍ਹਾ ਤੇ ਕੰਮ ਕਰਨ ਦਾ ਪਰਮਾਤਮਾ ਨੇ ਮੌਕਾ ਦਿੱਤਾ ਮੈਂ ਤਾਂ ਇਹ ਕਹਿਣਾ ਹੁੰਦਾ ਕਿ ਵੀ ਮੈਂ ਤਾਂ ਕੁਝ ਵੀ ਨਹੀਂ ਸੀ ਮਨੂ ਨਹੀਂ ਸੀ ਪਤਾ ਕਿ ਜਿਸ ਜਿਸ ਇਲਾਕੇ ਚ ਜਿਸ ਜਗ੍ਹਾ ਤੇ ਮੈਂ ਪੈਦਾ ਹੋਇਆ ਸੀ ਮੈਨੂੰ ਨਹੀਂ ਸੀ ਪਤਾ ਕਿ ਵੀ ਇਹ ਜਰਨੀ ਇਹ ਫਲਾਈਟ ਕਿੱਥੋਂ ਤੱਕ ਜਾਏਗੀ ਇਹ ਪਰਮਾਤਮਾ ਦਾ ਸ਼ੁਕਰ ਹੈ ਔਰ ਕੰਮ ਕਰਦਿਆਂ ਹੋਇਆ ਇੰਡੀਆ ਦੇ ਵਿੱਚ ਵੀ ਬੜਾ ਪ੍ਰੋਤਸਾਹਨ ਮਿਲਿਆ ਠੀਕ ਉੱਥੇ ਅੱਜ ਵੀ ਕੰਮ ਵਿਕਦਾ ਹੈ ਕੁਝ ਇੱਕ ਦੋਸਤ ਹੈਗੇ ਆ ਜਿਹੜਾ ਵਧੀਆ ਕੰਮ ਕਰਨ ਵਾਲੇ ਜਿਨ੍ਹਾਂ ਵਿੱਚੋਂ ਮੈਂ ਹਮੇਸ਼ਾ ਇੱਕ ਆਪਣੇ ਮਿੱਤਰ ਦਾ ਜਿਹੜਾ ਕਿ ਅਸੀਂ ਇਕੱਠੇ ਰਹੇ ਸੀ ਦਾਰਦ ਦਾ ਨਾਮ ਲੈਣਾ ਮੈਂ ਮੈਂਸ਼ਨ ਕਰਦਾ ਹੁੰਦਾ ਹੋਰ ਬੜੇ ਦੋਸਤ ਹੈਗੇ ਜਿਨ੍ਹਾਂ ਦੀਆਂ ਪੇਂਟਿੰਗਾਂ ਵਿਕਦੀਆਂ ਨੇ ਇੰਡੀਆ 'ਚ ਵੀ ਵਿਕਦੀਆਂ ਨੇ ਹੈਨਾ ਇੰਡੀਆ ਕੋ ਬੜਾ ਵਧੀਆ ਆਰਟ ਦੀ ਜਿਹੜੀ ਹੈਗੀ ਹੈ ਪਸੰਦ ਦੇਣ ਵਾਲੀ ਕੰਟਰੀ ਹੈ ਠੀਕ ਔਰ ਉੱਥੇ ਕੰਮ ਵਿਕਦਾ ਠੀਕ ਹੈ ਜੀ ਰਾਈਟ ਔਰ ਦੂਸਰੀ ਗੱਲ ਇਹ ਹੈਗੀ ਕਿ ਉਸ ਤੋਂ ਬਾਹਰ ਨਿਕਲ ਕੇ ਜੇ ਦੇਖੋ ਇੱਕ ਹੋਰ ਚੀਜ਼ ਹੁੰਦੀ ਹੈ ਤੁਹਾਡੀ ਇੱਕ ਤਾਂ ਕੰਟਰੀ ਦਾ ਜਿਸ ਜਗ੍ਹਾ ਤੇ ਤੁਸੀਂ ਰਹਿੰਦੇ ਹੋ ਉੱਥੇ ਕੰਮ ਵਿਕਦਾ ਨਹੀਂ ਵਿਕਦਾ ਖਰੀਦਦਾਰ ਹੈਗਾ ਨਹੀਂ ਹੈਗਾ ਇਸ ਤੇ ਡਿਪੈਂਡ ਕਰਦਾ ਨੰਬਰ 2 ਤੁਹਾਡੇ ਕੰਮ ਤੇ ਡਿਪੈਂਡ ਕਰਦਾ ਔਰ ਤੁਹਾਡੇ ਕੰਮ ਨੂੰ ਦੇਖਣ ਵਾਲੇ ਲੋਕ ਹਾਂਜੀ ਤੁਹਾਡੇ ਕੰਮ ਨਾਲ ਰਿਲੇਟ ਕਰਨ ਵਾਲੇ ਲੋਕ ਹਾਂਜੀ ਹੈਗੇ ਨੇ ਕਿਤੇ ਇਹ ਵੀ ਹੁੰਦਾ ਹੈ ਕਿ ਕਿਸੇ ਜਗ੍ਹਾ ਦੇ ਉੱਤੇ ਤੁਹਾਡੇ ਕੰਮ ਨੂੰ ਖਰੀਦਣ ਵਾਲੇ ਲੋਕ ਹੁੰਦੇ ਨੇ ਪਰ ਤੁਸਾਇਨ ਕਰਨ ਵਾਲੇ ਘੱਟ ਹੁੰਦੇ ਨੇ ਹਾਂਜੀ ਹਾਂਜੀ ਕਿਸੇ ਜਗ੍ਹਾ ਤੇ ਤੁਹਾਡੇ ਕੰਮ ਨੂੰ ਐਪਰੀਸ਼ੀਏਟ ਕਰਨ ਵਾਲੇ ਉਹਨਾਂ ਐਸੋਸੀਏਟ ਕਰਨ ਵਾਲੇ ਲੋਕ ਜ਼ਿਆਦਾ ਹੁੰਦੇ ਨੇ ਲੇਕਿਨ ਉੱਥੇ ਖਰੀਦਦਾਰ ਘੱਟ ਹੁੰਦੇ ਨੇ ਹਾਂਜੀ ਕਿਉਂਕਿ ਖਰੀਦਦਾਰ ਹੋਣ ਵਾਸਤੇ ਤੁਹਾਨੂੰ ਸਰਮਾਇਦਾਰ ਹੋਣਾ ਪੈਂਦਾ ਹਾਂਜੀ ਹਾਂਜੀ ਹੈਨਾ ਕਾਮਰਸ ਨਾਲ ਜੁੜਦੀ ਔਰ ਜਿਹੜੇ-ਜਿਹੜੇ ਆਰਟਿਸਟਾਂ ਨੇ ਕਮਰਸ਼ੀਅਲ ਪੱਖ ਜਿਹੜਾ ਉਹ ਨਾਲ ਪੇਂਟਿੰਗ ਦੇ ਜੁੜਦੇ ਨੇ ਉਹ ਵਿਕੀਆਂ ਨੇ ਵਿਕਦੀਆਂ ਨੇ ਮੈਂ ਜਿੱਦਾਂ ਹਮੇਸ਼ਾ ਕਹਿਣਾ ਹੁੰਦਾ ਕਿ ਫਾਂਗੋ ਜਾਂ ਵਾਨ ਗੋ ਜਾਂ ਵੈਨ ਗੌਗ ਜਿਹਨੂੰ ਅਸੀਂ ਕਹਿੰਦੇ ਹਾਂ ਹੈਨਾ ਉਹਦੇ 'ਚ ਜਦੋਂ ਕੰਮ ਕਰ ਰਿਆ ਸੀ ਕੋਈ ਕਮੀ ਨਹੀਂ ਸੀ ਅੱਜ ਵੀ ਉਹਦਾ ਕੰਮ ਉਹੀ ਹੈ ਹੈਨਾ ਲੇਕਿਨ ਉਹਦਾ ਮੁਕੱਦਰ ਸੀਗਾ ਜਾਂ ਉਹਦਾ ਰਾਈਟ ਟਾਈਮ ਨਹੀਂ ਸੀਗਾ ਉਸ ਵੇਲੇ ਉਹਦਾ ਇੱਕ ਕੰਮ ਵੀ ਨਹੀਂ ਵਿਕਿਆ ਹੁਣ ਉਹਦਾ ਜਿਹੜਾ ਕੰਮ ਹੈਗਾ ਉਹ ਲੱਭਦੇ ਨਹੀਂ ਕਿਤੇ ਮਿਲੀਅਨਸ ਦੇ ਵਿੱਚ ਉਹਦੇ ਕੰਮ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਕੰਮ ਜਿਹੜਾ ਹੈਗਾ ਉਸ ਤੇ ਡਿਪੈਂਡ ਨਹੀਂ ਕਰਦਾ ਕੰਮ ਤੁਹਾਡਾ ਕਿਦਾਂ ਦਾ ਹੈ ਡਿਪੈਂਡ ਇਹ ਕਰਦਾ ਕਿ ਕਿਹਦੀ ਨਜ਼ਰ ਚ ਆਉਂਦਾ ਹੈ ਕਿਹਦੀ ਪਾਕਟ ਚੋਂ ਪੈਸੇ ਖਰਚਣ ਲਈ ਕਿਹੜਾ ਬੰਦਾ ਤਿਆਰ ਹੁੰਦਾ ਆਪਣੇ ਘਰ ਉਸ ਕੰਮ ਨੂੰ ਆਰਕਾਈਵ ਕਰਨ ਵਾਸਤੇ ਮੇਰਾ ਪ੍ਰੈਸਾਈਜ਼ਲੀ ਇਹੀ ਸਵਾਲ ਸੀ ਜੀ ਜੀ ਕਿ ਇਹਨਾਂ ਮਹਾਦੀਪਾਂ ਦੇ ਵਿੱਚ ਕਿੰਨੀ ਜਿਹੜੀ ਆਡੀਅנס ਆ ਉਹ ਇਨੀਸ਼ੀਏਟਡ ਆ ਕਿੰਨੀ ਅਨ ਇਨੀਸ਼ੀਏਟਡ ਆ ਐਕਚੁਅਲੀ ਜਿੱਥੇ ਅਸੀਂ ਬੈਠੇ ਹਾਂ ਤੁਸੀਂ ਹੁਣ ਜਿੱਦਾਂ ਕਿਹਾ ਸੀਗਾ ਕਿ ਸਾਡਾ ਦੇਸ਼ ਭਾਰਤ ਹੈ ਅਨਫੋਰਚੂਨੇਟਲੀ ਪੈਦਾ ਅਸੀਂ ਭਾਰਤ ਵਿੱਚ ਹੋਏ ਆ ਉਹ ਸਾਡੀ ਜਨਮ ਭੂਮੀ ਹੈ ਕਰਮ ਭੂਮੀ ਸਾਡੀ ਅਸੀਂ ਬਣਾ ਲਈ ਹੈ ਹਨਾ ਬੜੀਆਂ ਕਹਿੰਦੇ ਹੁੰਦੇ ਹਨ ਨਾ ਕਿ ਜਦੋਂ ਕਨਫਿਊਸ਼ੀਅਸ ਕਹਿੰਦਾ ਹੈ ਕਿ ਲਾਈਫ ਇਜ਼ ਸੋ ਸਿੰਪਲ ਬਟ ਵੀ ਬੇਕ ਆਲ ਦਾ ਐਫਰਟਸ ਟੂ ਮੇਕ ਇਟ ਕੰਪਲੀਕੇਟਡ ਪਰ ਮੈਂ ਵੀ ਸੋਚਦਾ ਕਿ ਅਸੀਂ ਲਾਈਫ ਨੂੰ ਕੰਪਲੀਕੇਟਡ ਬਣਾ ਕੇ ਅਸੀਂ ਇਸ ਨੂੰ ਆਪਣੀ ਜਿਹੜੀ ਹੈਗੀ ਕਰਮ ਭੂਮੀ ਬਣਾ ਲਈ ਹੈ ਹਾਂਜੀ ਔਰ ਇੱਥੇ ਜਿਹੜਾ ਸਾਡੀ ਤਰਸਦੀ ਇਹ ਹੈਗੀ ਕਿ ਸਾਡਾ ਜਿਹੜਾ ਸਮਾਜ ਹੈ ਪੰਜਾਬੀ ਸਮਾਜ ਜਿਹੜਾ ਹੈਗਾ ਹਨਾ ਅਸੀਂ ਪੰਜਾਬੀ ਕਹਿੰਦੇ ਆ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਹਨਾ ਉਹਦੇ ਵਿੱਚ ਜਿਹੜਾ ਆਠ ਦਾ ਰੁਝਾਨ ਘਟੇ ਮਿਊਜ਼ਿਕ ਦਾ ਹਾਲ ਹੈਗਾ ਉਹ ਵੀ ਪੌਪ ਜਾਂ ਉਹ ਵੀ ਜਿਹੜਾ ਮੈਂ ਸ਼ਬਦ ਨਹੀਂ ਯੂਜ਼ ਮਾਲਾ ਸ਼ਬਦ ਨਹੀਂ ਯੂਜ਼ ਕਰਨਾ ਚਾਹਾਂਗਾ ਹੈਨਾ ਲੇਕਿਨ ਜਿੱਥੇ ਬੰਦੂਕਾਂ ਦੀ ਗੱਲ ਹੋ ਰਹੀ ਹੈ ਜਿੱਥੇ ਗੋਲੀ ਮਾਰਨ ਦੀ ਗੱਲ ਹੋ ਰਹੀ ਹੈ ਵਾਇਲੈਂਸ ਦੀ ਗੱਲ ਹੋ ਰਹੀ ਹੈ ਔਰ ਉਹ ਮਾਡਲ ਬਣਾਉਂਦੇ ਨੇ ਅੱਜ ਕੱਲ ਦੇ ਬੱਚੇ ਉੱਥੇ ਉਹ ਗਾਣੇ ਵਿਕਦੇ ਨੇ ਮਿਲੀਅਨਸ ਆਫ ਜਿਹੜੇ ਉਹਨਾਂ ਦੇ ਲਾਈਕਿੰਗ ਤੇ ਹੋਰ ਸਾਰਾ ਕੁਝ ਹੁੰਦਿਆ ਉਹ ਪੈਸੇ ਵੀ ਬੜੇ ਵਧੀਆ ਬਣਾਉਂਦੇ ਨੇ ਹੈਨਾ ਲੇਕਿਨ ਜਿੱਥੋਂ ਤੱਕ ਵਿਜ਼ੂਅਲ ਆਰਟ ਦਾ ਸਵਾਲ ਹੈ ਪੇਂਟਿੰਗ ਦਾ ਸਵਾਲ ਹੈ ਬਹੁਤ ਥੋੜੇ ਲੋਕ ਬਾਹਰ ਆ ਕੇ ਕਾਮਯਾਬ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਇੰਗਲੈਂਡ ਦੇ ਵਿੱਚ ਅਫਤਾਰਜੀਤ ਕਿਸੇ ਲੈਵਲ ਤੇ ਕਿਸੇ ਟਾਈਮ ਦੇ ਉੱਤੇ ਕੋਸ਼ਿਸ਼ ਕਾਮਯਾਬ ਹੋ ਸਕਿਆ ਕਿਉਂਕਿ ਉਸ ਨੇ ਨਵਜ ਪਕੜ ਲਈ ਔਰ ਕੋਸ਼ਿਸ਼ ਐਸੇ ਗੋਰੇ ਦੋਸਤ ਬਣਾ ਲਏ ਜਿਨ੍ਹਾਂ ਦੇ ਕਰਕੇ ਔਰ ਬਮਿੰਗਮ ਮਿਊਜ਼ੀਅਮ ਦਾ ਜਿਹੜਾ ਹੈਗਾ ਸੀਗਾ ਉੱਥੇ ਉਹਦੀ ਐਂਟਰੀ ਹੋਈ ਕਿਸੇ ਤਰ੍ਹਾਂ ਨਾਲ ਯਾਰੀਆਂ ਦੋਸਤੀਆਂ ਹੋਈਆਂ ਕਿਸੇ ਲੈਵਲ ਦੇ ਉੱਤੇ ਉਸ ਕਰਕੇ ਉਹਦਾ ਕੰਮ ਇੰਗਲੈਂਡ ਦੇ ਵਿੱਚ ਬੜਾ ਵਿਕਿਆ ਔਰ ਪਬਲਿਕ ਪਲੇਸਿਸ ਦੇ ਉੱਤੇ ਦੂਜੀ ਜਗ੍ਹਾ ਉਸੇ ਜਗ੍ਹਾ ਦੇ ਉੱਤੇ ਸੋਹਣ ਕਾਦਰੀ ਹੈ ਯੂਰਪ ਵਿੱਚ ਵੀ ਰਹੇ ਹਨ ਹੈਨਾ ਕੋਈ ਇੰਨਾ ਵਧੀਆ ਕੰਮ ਨਹੀਂ ਵੇਚ ਸਕਿਆ ਇੱਥੇ ਆ ਕੇ ਉਹਦੀ ਆਖਰੀ ਉਮਰ ਦੇ ਵਿੱਚ ਕੁਝ ਕੰਮ ਵਿਕਣੇ ਸ਼ੁਰੂ ਹੋਏ ਔਰ ਅੱਛੇ ਪੈਸੇ ਨਾਲ ਵਿਕਣੇ ਸ਼ੁਰੂ ਹੋਏ ਲੇਕਿਨ ਜੋ ਆਰਟ ਦਾ ਮੁੱਲ ਜਿਹੜਾ ਹੈਗਾ ਨਾ ਮੈਨੂੰ ਲੱਗਦਾ ਕਿ ਵੀ ਹਾਲੇ ਵੀ ਇੰਡੀਆ 'ਚ ਹੈਗਾ ਇੱਥੇ ਰੁਝਾਨ ਘਟ ਠੀਕ ਹੈ ਜੀ ਕਿ ਜੋ ਤੁਸੀਂ ਕਿਨੇ ਹੁੰਦੇ ਸੀ ਜੀ ਤਾਂ ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਉੱਥੇ ਦੇ ਜਿਹੜੇ ਪ੍ਰੈਜ਼ੀਡੈਂਟ ਸੀ ਜੀ ਡੈਨੀਅਲ ਮੋਈ ਉਹਨਾਂ ਦੀ ਇੱਕ ਪੇਂਟਿੰਗ ਬਣੀ ਸੀ ਜਿਹੜੀ ਕਿ ਬੜੀ ਪਪੂਲਰ ਹੋਈ ਸੀ ਅੱਛਾ ਤੇ ਉਹ ਜਿਹੜੀ ਪੇਂਟਿੰਗ ਆ ਉਹ ਬਣਾਉਣ ਲੱਗੇ ਤੁਸੀਂ ਕੀ ਮਤਲਬ ਉਹਨਾਂ ਦੇ ਨਾਲ ਕੋਈ ਸਿਟਿੰਗਸ ਕੀਤੀਆਂ ਸੀ ਕਿ ਕਿ ਵੈਸੇ ਤੁਸੀਂ ਇੱਕ ਵਾਰ ਉਹਨਾਂ ਨੂੰ ਮਿਲੇ ਸੀ ਜਾਂ ਬਾਹਰ-ਬਾਰ ਮਿਲੇ ਸੀ ਹਾਂ ਹਾਂ ਹਾਂਜੀ ਉਹ ਇੱਕੋ ਬੜਾ ਇੰਟਰਸਟਿੰਗ ਕਿੱਸਾ ਏ ਜੀ ਇਹ ਹਾਂਜੀ ਕਿ ਜਦੋਂ ਮੈਂ ਕੀਨੀਆ ਗਿਆ ਹਾਂ ਹਾਂਜੀ ਉਦੋਂ ਮੈਂ ਮੈਨੂੰ ਕੋਈ ਜਾਣਦਾ ਨਹੀਂ ਸੀਗਾ ਪਛਾਣਦਾ ਨਹੀਂ ਸੀ ਚੰਡੀਗੜ੍ਹ ਇੱਕ ਮਿੱਤਰ ਸੀਗਾ ਮੇਰਾ ਡੈਨੀਅਲ ਖਾਗੂਲੀ ਹਾਂਜੀ ਉਹਦੇ ਨਾਲ ਮੈਂ ਚਲੇਗਾ ਕੀਨੀਆ ਦੇ ਵਿੱਚ ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਕਿ ਉਹ ਇੱਕ ਬੜੇ ਵੱਡੇ ਮਨਿਸਟਰ ਦਾ ਭਤੀਜਾ ਹੈ ਉਹਦਾ ਬਾਪ ਵੀ ਇੱਕ ਬਹੁਤ ਵੱਡਾ ਜਿਹਨੂੰ ਉੱਥੇ 크ਿਸਚਨਾਂ ਦੇ ਵਿੱਚ ਪਾਸਟਰ ਕਹਿੰਦੇ ਨੇ ਨਾ ਕਿ ਉਹਨੇ ਬਹੁਤ ਸਾਰੀਆਂ ਚਰਚੇਸ ਬਣਾਈਆਂ ਸੀਗੀਆਂ ਹੈਨਾ ਤੇ ਨੋਆਖਾ ਗੋਲੀ ਉਹਦਾ ਨਾਮ ਸੀਗਾ ਰਾਈਟ ਤੇ ਮੈਨੂੰ ਮੌਕਾ ਮਿਲਿਆ ਕਿ ਵੀ ਜਿਹੜਾ ਹੈਗਾ ਆਪਣੀ ਕਮਿਊਨਿਟੀ ਨੇ ਮੈਨੂੰ ਕਿਹਾ ਉਦੋਂ ਪ੍ਰੈਜ਼ੀਡੈਂਟ ਮੋਇਦ ਆ ਨਾ 10th years of mois new era keh rahe si ke 10 saal nu ho chuke si president nu haan ji ਤੇ ਮੇਰੇ ਮਨ ਚ ਵੀ ਆਇਆ ਕਿ ਚਲੋ ਇਹ ਅੱਛਾ ਮੌਕਾ ਹੈ ਜੇ ਮੈਂ ਉਹਦੀ ਪੇਂਟਿੰਗ ਬਣਾ ਕੇ ਉਹਨੂੰ ਅਗਰ ਪ੍ਰੈਜ਼ੈਂਟ ਕਰਦਾ ਹਾਂ ਤੇ ਹੋ ਸਕਦਾ ਹੈ ਕਿ ਵੀ ਕੋਈ ਨਾ ਕੋਈ ਬੈਨੀਫਿਟ ਹੋਏਗਾ ਇਸ ਦਾ ਠੀਕ ਹੈ ਰਾਈਟ ਉਦੋਂ ਮੈਂ ਗੁਰਦੁਆਰੇ ਵਿੱਚ ਰਹਿੰਦਾ ਹੁੰਦਾ ਸੀ ਅੱਛਾ ਗੁਰਦੁਆਰੇ ਚ ਕੁਝ ਪੇਂਟਿੰਗਾਂ ਬਣਾ ਰਿਹਾ ਸੀਗਾ ਸਿੰਘ ਸਭਾ ਉੱਥੇ ਉਹ ਤਸਵੀਰ ਬਣਾਈ ਮੈਂ ਪ੍ਰੈਜ਼ੈਂਟ ਮੋਈ ਵਾਲੀ ਉਦੋਂ ਮੈਨੂੰ ਕੋਈ ਪਤਾ ਨਹੀਂ ਸੀ ਕਿ ਕਿੱਦਾਂ ਦੀ ਬਣਨੀ ਹੈ ਜਾਂ ਇਹਦਾ ਕੀ ਰਿਜ਼ਲਟ ਹੋਏਗਾ ਤਉ ਤਸਵੀਰ ਜਿਹੜੀ ਸੀ ਬਣ ਗਈ ਤੇ ਉੱਥੇ ਕੋਸ਼ਿਸ਼ ਦਿਨ ਨਾ ਕਹ ਲੋ ਕਿ 2 ਮਹੀਨਾ 1.5 ਮਹੀਨਾ ਪਰ ਪਈ ਰਹੀ ਸਾਡੀ ਕਮਿਊਨਿਟੀ ਦੇ ਲੋਕਾਂ ਨੇ ਜਿਨ੍ਹਾਂ ਨੇ ਕਿਹਾ ਸੀ ਕਿ ਪ੍ਰੈਜ਼ੀਡੈਂਟ ਕੋ ਲੈ ਕੇ ਚਲਾਂਗੇ ਉਹ ਗੱਲ ਨਹੀਂ ਸੀ ਬਣ ਰਹੀ ਫਿਰ ਅਚਾਨਕ ਡੈਨੀਅਲ ਦਾ ਵੱਡਾ ਭਰਾ ਹੈਗਾ ਮੋਰਿਸ ਕਾਗੂਲੀ ਹਾਂਜੀ ਉਹਨੇ ਦੇਖੀ ਤਸਵੀਰ ਤੇ ਉਹ ਕਹਿਣ ਲੱਗਾ ਕਿ ਆਪਾਂ ਇਹ ਇੱਕ ਜਿਹੜੀ ਪ੍ਰੈਜ਼ੀਡੈਂਟ ਦੇ ਉੱਥੇ ਦੇਖਿਆ ਜੀ ਹਾਂਜੀ ਦੇਖਿਆ ਠੀਕ ਹੈ ਜੀ ਤੇ ਉਸਨੇ ਜਿਹੜਾ ਹੈਗਾ ਉਹਦਾ ਜਿਹੜਾ ਚਾਚਾ ਮਨਿਸਟਰ ਹੈ ਉਸ ਨੂੰ ਕਿਹਾ ਕਹਿੰਦਾ ਇਨਫਿਕਸ ਹੋਇਆ ਤੇ ਪ੍ਰੈਜ਼ੀਡੈਂਟ ਕਹਿੰਦਾ ਕਿ ਵੀ ਮੇਰੇ ਘਰ ਦੇ ਵਿੱਚ ਜਿਹੜਾ ਉਹਦਾ ਅਸਲੀ ਮਾਂ ਪਿਓ ਜਿੱਥੇ ਪੈਦਾ ਹੋਏ ਸੀ ਔਰ ਬੈਰਡ ਹੋਏ ਨੇ ਉੱਥੇ ਜਿਹੜਾ ਹੈਗਾ ਉਹ ਕਹਿੰਦਾ ਤੁਸੀਂ ਆ ਜਾਓ ਫਲਾਨੀ ਡੇਟ ਨੂੰ ਹਾਂਜੀ ਤੇ ਉੱਥੇ ਮੈਂ ਪੇਂਟਿੰਗ ਲੈ ਕੇ ਅਸੀਂ ਚਲੇ ਗਏ ਜੀ ਰਾਈਟ ਔਰ ਉਹ ਪੇਂਟਿੰਗ ਉਹਨੇ ਕਾਫੀ ਜਿਹੜਾ ਹੈਗਾ ਕਿਉਂਕਿ ਇਹ ਵੀ ਹੁੰਦਾ ਮੈਂ ਸੋਚਦਾ ਕਿ ਜ਼ਰੂਰੀ ਨਹੀਂ ਹੈ ਕਿ ਬਹੁਤ ਗ੍ਰੇਟ ਪੇਂਟਿੰਗ ਸੀਗੀ ਉਹ ਔਰ ਜਿਹੜੇ ਬੰਦੇ ਦੀ ਪੇਂਟਿੰਗ ਹੁੰਦੀ ਹੈ ਕੁਛ ਨਾ ਕੁਛ ਤਾਂ ਵਾਰਡ ਕਹਿੰਦਾ ਹੀ ਹੈ ਨਾ ਹਾਂਜੀ ਪ੍ਰੈਜ਼ੀਡੈਂਟ ਪ੍ਰੇਜ਼ ਹੀ ਕਰਦਾ ਮੈਂ ਇਸ ਨੂੰ ਇਸ ਲੈਵਲ ਤੇ ਲੈਣਾ ਕਿ ਮੈਨੂੰ ਉਹਦਾ ਬਹੁਤ ਜ਼ਿਆਦਾ ਕ੍ਰੈਡਿਟ ਲੈਣ ਦੀ ਲੋੜ ਨਹੀਂ ਹੁੰਦੀ ਠੀਕ ਤੇ ਉਹਨੇ ਉਹਦੇ ਬਾਰੇ ਗੱਲਾਂ ਕੀਆਂ ਇੱਕ ਗੱਲ ਉਹਨੇ ਜ਼ਰੂਰ ਕਹੀ ਕਿ ਯੂ ਆਰ ਦਾ ਫਰਸਟ ਆਰਟਿਸਟ ਹੂ ਪੇਂਟਡ ਮਾਈ ਏਜ ਨਾ ਠੀਕ ਹੈ ਉਹਦਾ ਜਿਹੜਾ ਸੀ ਨਾ ਮਤਲਬ ਕਹਿਣ ਦਾ ਕਿ ਜਿੱਦਾਂ ਦਾ ਮੈਂ ਅੱਜ ਲੱਗਦਾ ਹਾਂ ਹਾਂਜੀ ਹਾਂਜੀ ਉਦਾਂ ਦਾ ਹੀ ਤੂੰ ਬਣਾਇਆ ਵੈਰੀ ਸਿੰਪਲੀਟੀਊਡ ਹੈ ਹਾਂਜੀ ਹੈਨਾ ਹਾਂਜੀ ਉਹ ਮੇਰੇ ਵਾਸਤੇ ਇੱਕ ਬੜਾ ਵੱਡਾ ਕੰਪਲੀਮੈਂਟ ਸੀਗਾ ਇਹ ਹਾਂਜੀ ਰਾਈਟ ਲੇਕਿਨ ਉਹ ਕਿਸ ਵੇਲੇ ਕਹਿੰਦਾ ਬਣਾਈ ਉਹ 22 ਦੇ ਬਾਰੇ ਉਹਨੇ ਗੱਲ ਕੀਤੀ ਕਿ ਜਿਹੜੀ ਉਹਦੀ ਟਾਈ ਲੱਗੀ ਹੈ ਮੈਂ ਬਣਾਈ ਸੀ ਕੇਨੀਆਂ ਦਾੜਾ ਝੰਡਾ ਹੈ ਨਾ ਉਹ ਲਾ ਕੇ ਤੇ ਉਹਦੇ ਵਿੱਚ ਸਿੰਬਲ ਜਿਹਾ ਲਾ ਕੇ ਯੋ ਟਾਈ ਆਪਣਾ ਮਜ਼ਦੂਰੀ ਅੱਛਾ ਕਹਿੰਦਾ ਕਿ ਇਹਦੀ ਟਾਈ ਜਿਹੜੀ ਹੈਗੀ ਹੈ ਨਾ ਇਹ ਮੈਨੂੰ ਚੰਗੀ ਨਹੀਂ ਲੱਗੀ ਕਹਿੰਦਾ ਅੱਛਾ ਪਬਲਿਕ 'ਚ ਹੁੰਦਾ ਤਾਂ ਨਹੀਂ ਕਹਿ ਸਕਦਾ ਕਿ ਕੇਨੀਆਂ ਦੇ ਝੰਡੇ ਨੂੰ ਕਿਦਾਂ ਕਹਿ ਸਕਦਾ ਹਾਂ ਹਾਂ ਜੀ ਹਾਂ ਜੀ ਲੇਕਿਨ ਉਹ ਕਹਿੰਦਾ ਕਿ ਇਹਨੂੰ ਚੇਂਜ ਕਰ ਸਕਦਾ ਔਰ ਮੈਂ ਤਿਆਰੀ ਦੇ ਨਾਲ ਗਿਆ ਸੀ ਤੇ ਮੈਂ ਉਹਨੂੰ ਕਹਿੰਦਾ ਕਿ ਮਿਸਟਰ ਪ੍ਰੈਜ਼ੀਡੈਂਟ ਇਫ ਯੂ ਗਿਵ ਮੀ ਸੀਟਿੰਗ ਆਈ ਕੈਨ ਚੇਂਜ ਇਟ ਰਾਈਟ ਨਾਓ ਅੱਛਾ ਮੈਰੀ ਵਿਦਨ 10 ਮਿੰਟਸ ਰੰਗ ਰੂਮ ਦੀ ਆਪਣੇ ਖੋਲੇ ਹੈਨਾ ਤੇ ਮੇਰੇ ਕੋ ਇੱਕ ਮੌਕਾ ਮਿਲ ਗਿਆ ਇੱਕ ਉਹਨੂੰ ਸਾਹਮਣੇ ਬਿਠਾਉਣ ਦਾ ਬਿਕਾ ਜੀ ਤੂੰ ਸਿਟ ਓਵਰ ਹੇਅਰ ਮੈਂ ਆ ਲੁੱਕ ਫਾਰ ਯੂ ਜਿਹੜੀ ਤੂੰ ਕੈਨਵਸ ਜਿਹੜੇ ਜਿਹੜੇ ਟਾਈ ਹੁਣ ਲੱਗੀ ਹੋਈ ਹੈ ਉਹੀ ਟਾਈ ਜਿਹੜੀ ਮੈਂ ਬਣਾ ਸਕਦਾ ਠੀਕ ਹੈ ਅੱਛਾ ਔਰ ਉਹ ਜਿਹੜੀ ਹੈਗੀ ਮੈਨੂੰ ਮੌਕਾ ਮਿਲਿਆ ਉਸ ਦੇ ਸਾਹਮਣੇ ਬੈਠਣ ਦਾ ਇੰਨੀ ਦੂਰੀ ਤੇ ਹਾਂਜੀ ਹੈਨਾ ਉਹਦੇ ਸਾਹਮਣੇ ਖੜੇ ਹੋਣ ਦਾ ਈਜ਼ਲ ਨਹੀਂ ਸੀਗਾ ਉੱਥੇ ਮੇਰੇ ਕੋਲ ਲੇਕਿਨ ਕੋਈ ਜੁਗਾੜ ਕਰਕੇ ਮੈਂ ਪੇਂਟਿੰਗ ਸਾਹਮਣੇ ਰੱਖ ਲਈ ਹੈਨਾ ਵੱਡੀ ਸਾਰੀ ਚੇਅਰ ਸੀ ਉਹਦੇ ਉੱਤੇ ਰੱਖ ਕੇ ਤੇ ਉਸ ਨੂੰ ਮੈਂ ਰੰਗ ਰੰਗ ਜਿਹਾ ਆਪਣੇ ਉਹ ਲਗਾ ਕੇ ਤੇ ਫਿਰ ਮੈਨੂੰ ਮੌਕਾ ਵੀ ਮਿਲਿਆ ਕਿ ਕਿਉਂਕਿ ਉਹ ਇੱਕ ਆਰਟਿਸਟ ਦੇ ਵਿੱਚ ਨਾ ਇੱਕ ਹੁੰਦਾ ਕਿ ਬੰਦੇ ਨੂੰ ਐਡੇ ਵੱਡਾ ਪ੍ਰੈਜ਼ੀਡੈਂਟ ਹੈ ਕਿਸੇ ਕੰਟਰੀ ਦਾ ਹਾਂਜੀ ਹੈਨਾ ਟੱਚ ਕਰਕੇ ਤਾਂ ਦੇਖਿਆ ਜਾਵੇ ਬੰਦੇ ਨੂੰ ਠੀਕ ਹੈ ਜੀ ਫੀਲਿੰਗ ਕਿਦਾਂ ਦੀ ਉਹਦੀ ਔਰਾ ਕਿਦਾਂ ਦੀ ਐਨਰਜੀ ਕਿਦਾਂ ਦੀ ਹੈ ਹਾਂਜੀ ਇਹ ਇਹ ਆਰਟਿਸਟ ਦੇ ਅੰਦਰ ਹੋਣਾ ਚਾਹੀਦਾ ਔਰ ਹੁੰਦਾ ਹੈ ਹੁੰਦਾ ਹੈਗਾ ਨਾ ਤੇ ਉਹ ਮੈਂ ਬੰਦੇ ਨੂੰ ਟੱਚ ਕਰਕੇ ਉਹਦੀ ਟਾਈ ਨੂੰ ਸਿੱਧਾ ਕਰਕੇ ਟੱਚ ਕਰਕੇ ਜਿਹੜਾ ਸ਼ਰਾਰਤ ਹੁੰਦੀ ਹੈ ਆਈ نو ਇਟ ਹੈਨਾ ਤੇ ਉਸ ਤੋਂ ਬਾਅਦ ਮੈਂ ਉਹਦੀ ਟਾਈ ਚੇਂਜ ਕੀਤੀ ਠੀਕ ਹੈ ਹਾਂ ਆਇਆ ਇਹੋ ਨਹੀਂ ਮਜ਼ੂਰੀ ਸਾਨਾ ਕਿੰਦਾ ਹੁਣ ਠੀਕ ਹੋ ਗਈ ਠੀਕ ਹੈ ਠੀਕ ਤੇ ਮੈਨੂੰ ਜਿਹੜਾ ਹੈਗਾ ਉਸੇ ਕਰਕੇ ਉਸਨੇ ਕਹ ਲੋ ਕਿ ਵੀ ਸਿਟੀਨਸ਼ਿਪ ਵੀ ਦਿੱਤੀ ਉਸ ਪੇਂਟਿੰਗ ਕਰਕੇ ਠੀਕ ਹੈ ਜੀ ਜਿਹੜਾ ਮੈਨੂੰ ਲੇਟਰ ਔਨ ਉਹਦਾ ਫਾਇਦਾ ਹੋਇਆ ਬਿਲਕੁਲ ਤੇ ਤੁਹਾਡੀ ਮਿਹਨਤ ਸੀ ਜੀ ਹਾਂਜੀ ਚਲੋ ਉਹ ਜੋ ਵੀ ਸੀਗਾ ਉਸ ਵੇਲੇ ਜ਼ਰੂਰਤ ਸੀ ਮੈਂ ਸੋਚਦਾ ਜੀ ਤੇ ਔਨ ਹੋ ਗਿਆ ਵਕਤ ਛੋਟੀ ਜੀ ਬ੍ਰੀਕ ਦਾ ਔਰ ਅਸੀਂ ਮਿਲਦੇ ਹਾਂ ਜਸਵੰਤ ਜੀ ਨੂੰ ਇੱਕ ਬ੍ਰੇਕ ਤੋਂ ਬਾਅਦ